ਜੇ ਪੈਸਾ ਬੋਲਦਾ ਬੜੀ ਪਿਆਰੀ ਜੀ ਸਿੰਪਲ ਜੀ ਫਿਲਮ ਬਣਾਈ ਹੈ ਅਸੀਂ, ਜੋ ਫੈਮਿਲੀ ਵਾਲੀ ਫਿਲਮ ਹੈ, ਤੁਸੀਂ ਆਪਣੀ ਪੂਰੀ ਫੈਮਿਲੀ ਦੇ ਨਾਲ ਜਾਓ, ਐਂਟਰਟੇਨ ਵੀ ਹੈ, ਇਮੋਸ਼ਨਲ ਵੀ ਹੈ ਤੇ ਕਮੇਡੀ ਵੀ ਹੈ। ਕਹਾਣੀ ਦਾ ਕੈਰੈਕਟਰ ਇੰਨਾ ਜ਼ਿਆਦਾ ਵੱਸ ਗਿਆ ਕਿ ਉਹ ਬਾਹਰ ਹੀ ਨਹੀਂ ਨਿਕਲ ਰਿਹਾ, ਤਾਂ ਮੈਂ ਆਪਣੇ ਪੂਰੇ ਕੈਰੈਕਟਰ ਦੇ ਵਿੱਚ ਆਈ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਸ਼ੇਖਰ ਰਾਏ। ਸੋ ਅੱਜ ਸਾਡੇ ਕੋਲ ਬਹੁਤ ਪੈਸਾ ਹੈ, ਇੱਦਾਂ ਦਾ ਪੈਸਾ ਜਿਹੜਾ ਇਸ ਫਿਲਮ ਦੇ ਵਿੱਚ ਵੀ ਦੇਖਣ ਨੂੰ ਵਾਲਾ, ਜਿਹੜੀ ਕਿ 23 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੇ ਪੈਸਾ ਬੋਲਦਾ ਹੁੰਦਾ, ਪੈਸਾ ਵੈਸੇ ਹਰ ਪੱਖੋਂ ਚੰਗਾ ਹੁੰਦਾ, ਹਰ ਕਿਸੇ ਨੂੰ ਚੰਗਾ ਲੱਗਦਾ, ਪਰ ਇੱਕੋ ਹੀ ਪੈਸੇ ਦੀ ਗੱਲ ਮਾੜੀ ਹੈ, ਇਹ ਬੋਲਦਾ ਨਹੀਂ ਹੈ, ਇਹ ਬੋਲ ਕੇ ਦੱਸ ਨਹੀਂ ਸਕਦਾ ਕਿ ਅਸਲ ਦੇ ਵਿੱਚ ਇਸਦਾ ਹੱਕਦਾਰ ਕੌਣ ਹੈ ਜਾਂ ਇਹ ਪੈਸਾ ਕਿਸ ਨੂੰ ਬਿਲੋਂਗ ਕਰਦਾ। ਸੋ ਇੱਦਾਂ ਦਾ ਹੀ ਕੁਛ ਮਸਾਲਾ ਜਿਹੜਾ ਹੈ ਉਹ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਇੰਜੋਏ ਕਰਨ ਵਾਲੇ ਹੋ, ਔਰ ਉਸਦੇ ਨਾਲ ਨਾਲ ਫਿਲਮ ਜਿੱਥੇ ਹਸਾਏਗੀ, ਰੁਲਾਏਗੀ, ਇਮੋਸ਼ਨਲ ਕਰੇਗੀ, ਐਂਟਰਟੇਨ ਕਰੇਗੀ, ਉਸਦੇ ਨਾਲ ਨਾਲ ਕੁਛ ਸਿਖਾ ਕੇ ਵੀ ਜਾਏਗੀ, ਔਰ ਉਹ ਵੱਡੀ ਗੱਲ ਹੈ ਕਿਉਂਕਿ ਹਰਦੀਪ ਗਰੇਵਾਲ ਜੋ ਕਿ ਇਸ ਫਿਲਮ ਦੇ ਵਿੱਚ ਲੀਡ ਦੇ ਉੱਤੇ ਨੇ, ਹਮੇਸ਼ਾ ਚੰਗੀਆਂ ਫਿਲਮਾਂ ਦੇ ਉੱਤੇ ਕੰਮ ਕਰਦੇ ਨੇ ਜਿਹੜੀਆਂ ਕਿ ਸਮਾਜ ਨੂੰ ਕੁਛ ਦੱਸ ਕੇ ਜਾਂਦੀਆਂ ਨੇ, ਜਿਹੜੀਆਂ ਕਿ ਨੌਜਵਾਨਾਂ ਨੂੰ ਮੋਟੀਵੇਟ ਕਰਕੇ ਜਾਂਦੀਆਂ ਨੇ। ਸੋ ਤੀਜੀ ਹੀ ਫਿਲਮ ਹੈ ਉਹਨਾਂ ਦੀ, ਇਸ ਤੋਂ ਪਹਿਲਾਂ ਤੁਣਕਾ ਜਿਹੜੀ ਹੈ 2021 ਦੇ ਵਿੱਚ ਆਈ ਸੀ, ਉਸ ਤੋਂ ਬਾਅਦ ਬੈਚ 2013 ਅਤੇ ਉਸ ਤੋਂ ਬਾਅਦ ਹੁਣ ਜੇ ਪੈਸਾ ਬੋਲਦਾ ਹੁੰਦਾ। ਇਹਾਨਾ ਢਿੱਲੋਂ ਜੋ ਕਿ ਬੜੀ ਹੀ ਖੂਬਸੂਰਤ ਪੰਜਾਬੀ ਅਦਾਕਾਰ ਆ, ਜਿਨ੍ਹਾਂ ਨੇ ਬਾਲੀਵੁੱਡ ਤੱਕ ਕੰਮ ਕੀਤਾ ਹੋਇਆ, ਸੋ ਬਹੁਤ ਸਾਰੇ ਗੀਤਾਂ ਦੇ ਵਿੱਚ ਉਹ ਤੁਹਾਨੂੰ ਨਜ਼ਰ ਆਏ ਨੇ, ਉਹਨਾਂ ਨੇ ਬਤੌਰ ਐਕਟਰਸ ਦੇ ਨਾਲ ਨਾਲ ਬਤੌਰ ਪ੍ਰੋਡਿਊਸਰ ਵੀ ਇਸ ਫਿਲਮ ਤੋਂ ਸ਼ੁਰੂਆਤ ਕੀਤੀ ਹੈ, ਅਤੇ ਇਸ ਦੇ ਨਾਲ ਬਹੁਤ ਹੀ ਅਮੇਜ਼ਿੰਗ ਸਟਾਰ ਕਾਸਟ ਜਿਹੜੀ ਹੈ, ਮਲਕੀਤ ਰੋਣੀ ਵੀ ਨੇ, ਸੋ ਸੁਖਿੰਦਰ ਰਾਜ ਵੀ ਨੇ, ਰਾਜ ਧਾਲੀਵਾਲ ਵੀ ਨੇ, ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ, ਉਹਨਾਂ ਨੇ ਬਹੁਤ ਅਮੇਜ਼ਿੰਗ ਕੰਮ ਕੀਤਾ। ਸੋ ਇਹਨਾਂ ਸਾਰਿਆਂ ਦੀ ਮਿਹਨਤ ਨੂੰ ਅਸੀਂ ਅੱਜ ਦੇਖਣ ਦੇ ਲਈ ਇੱਥੇ ਪਹੁੰਚ ਗਏ ਹਾਂ, ਔਰ ਮਨਪ੍ਰੀਤ ਬਰਾੜ ਜੀ ਜਿਨ੍ਹਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ, ਕਿੰਨੀ ਖੂਬਸੂਰਤੀ ਦੇ ਨਾਲ ਕੀਤਾ, ਉਹ ਸਭ ਕੁਝ ਦੇਖਣ ਦੇ ਲਈ ਅਸੀਂ ਜਾ ਰਹੇ ਹਾਂ, ਪ੍ਰੀਮੀਅਰ ਸਟਾਰਟ ਕਰ ਰਹੇ ਹਾਂ, ਅਤੇ ਸਟਾਰਕਾਸਟ ਨਾਲ ਵੀ ਮਿਲਾਵਾਂਗੇ, ਉਸ ਤੋਂ ਬਾਅਦ ਫਿਲਮ ਦੱਸਾਂਗੇ ਕਿਵੇਂ ਦੀ ਹੈ ਜੇ ਪੈਸਾ ਬੋਲਦਾ ਹੁੰਦਾ। ਆਓ ਸ਼ੁਰੂ ਕਰਦੇ ਹਾਂ। ਵਧੀਆ ਲੱਗ ਰਿਹਾ, ਜਿਵੇਂ ਆਡੀਅੰਸ ਐਪਰੀਸ਼ੀਏਟ ਕਰ ਰਹੀ ਆ, ਸਾਰਿਆਂ ਨੇ ਐਪਰੀਸ਼ੀਏਟ ਕੀਤਾ, ਬਹੁਤ ਵਧੀਆ ਲੱਗ ਰਿਹਾ, ਅਤੇ ਬਾਕੀ ਜ਼ਿੰਦਗੀ ਆ ਵੈਸੇ ਵੀ ਆਮ ਹੀ ਜਿਉਂਦੇ ਹਾਂ ਅਸੀਂ, ਬਾਹਲੀ ਖਾਸ ਜ਼ਿੰਦਗੀ ਮੈਂ ਜਿਉਂਦਾ ਵੈਸੇ ਵੀ ਹੈ ਨਹੀਂ, ਆਮ ਹੀ ਰਹਿੰਦੇ ਹਾਂ। ਐਕਸਪੀਰੀਅੰਸ ਮੇਰਾ ਤਾਂ ਵਧੀਆ ਰਿਹਾ, ਰਿਸਪੋਂਸ ਅੱਛਾ ਆਇਆ, ਅੱਜ ਸਾਰਿਆਂ ਨੇ ਫਿਲਮ ਦੇਖੀ, ਸੋ ਰਿਸਪੋਂਸ ਅੱਛਾ ਆ ਰਿਹਾ ਸੀਗਾ ਸਾਰਿਆਂ ਨੂੰ, ਇੱਕ ਬਹੁਤ ਹੀ ਪਿਆਰੀ ਜੀ ਐਂਡ ਸਿੰਪਲ ਜੀ ਫਿਲਮ, ਬਹੁਤ ਪਿਆਰੀ ਲੱਗ ਰਹੀ ਸੀਗੀ ਉਹਨਾਂ ਨੂੰ। ਬਾਕੀ ਹੁਣ 23 ਨੂੰ ਰਿਲੀਜ਼ ਹੁੰਦੀ, ਆਡੀਅੰਸ ਕੀ ਕਹਿੰਦੀ ਉਦੋਂ ਦੇਖਦੇ ਹਾਂ, ਬਟ ਯਾ ਆਈ ਥਿੰਕ ਆਈ ਐਮ ਸੁਪਰ ਐਕਸਾਈਟਡ। ਦੇਖੋ ਮੈਨੂੰ ਸੱਚੀ ਬਹੁਤ ਵਧੀਆ ਲੱਗਿਆ, ਮੈਨੂੰ ਖੁਦ ਨਾਲ ਨਫ਼ਰਤ ਵੀ ਹੋਈ ਅੱਜ ਦੇਖ ਕੇ ਖੁਦ ਨੂੰ, ਹੈ ਨਾ, ਅਤੇ ਬਟ ਵੀਰੇ ਦੀ ਸਪੀਚ ਦੇ ਨਾਲ ਮਤਲਬ ਮੇਰੀ ਅੱਖਾਂ 'ਚੋਂ ਹੰਝੂ ਵੀ ਆਏ। ਜੇ ਕੋਈ ਇੱਦਾਂ ਦਾ ਕਰੈਕਟਰ ਆਮ ਲਾਈਫ ਦੇ ਵਿੱਚ ਹੈਗਾ ਤਾਂ ਉਹਨੂੰ ਵੀ ਸੁਧਰ ਜਾਣਾ ਚਾਹੀਦਾ, ਉਹਦੀਆਂ ਅੱਖਾਂ 'ਚ ਵੀ ਹੰਝੂ ਆਉਣੇ ਚਾਹੀਦੇ ਨੇ। ਦੇਖੋ ਜੀ, ਮੇਰੇ ਕਰੈਕਟਰ ਬਾਰੇ ਤਾਂ ਤੁਸੀਂ ਦੱਸਣਾ, ਜਾਂ ਸਾਡੇ ਜਿੰਨੇ ਨੇ ਕਰੈਕਟਰ ਅਸੀਂ ਕੀਤਾ ਤੁਸੀਂ ਦੱਸਣਾ, ਲੋਕਾਂ ਨੇ ਦੱਸਣਾ, ਪਰ ਮੇਰੇ ਅਕੋਰਡਿੰਗ ਐਜ਼ ਅ ਦਰਸ਼ਕ ਜਿਹੜੀ ਫਿਲਮ ਸੀ ਸਾਡੀ, ਔਰ ਬਹੁਤ ਲਾਈਵ ਫਿਲਮ ਸੀ, ਇੰਨੀ ਲਾਈਵ ਫਿਲਮ ਮੈਂ ਜਿੰਨੀਆਂ ਫਿਲਮਾਂ ਕੀਤੀਆਂ ਜਾਂ ਦੇਖਦਾ ਬਾਕੀ ਫਿਲਮ, ਇੰਨੀ ਲਾਈਵ ਫਿਲਮ ਮੈਂ ਕਦੇ ਨਹੀਂ ਦੇਖੀ। ਰਹਿ ਲੱਗਦਾ ਸੀਗਾ ਕਿ ਜਿਵੇਂ ਕੋਈ ਕੈਮਰਾ ਲੈ ਕੇ ਚੋਰੀ ਸ਼ੂਟ ਕਰ ਰਿਹਾ ਸਾਡੀ ਫਿਲਮ, ਸੋ ਬਹੁਤ ਰੀਅਲਿਸਟਿਕ ਫਿਲਮ ਆਈ ਸਾਡੀ, ਔਰ ਫਿਲਮ ਦਾ ਜਿਹੜਾ ਖੂਬਸੂਰਤ ਪੱਖ ਹੁੰਦਾ ਕਿ ਫਿਲਮ ਕਿਤੇ ਡਰੈਗ ਨਾ ਕਰੇ। ਮੇਰੇ ਅਕੋਰਡਿੰਗ ਐਜ਼ ਅ ਦਰਸ਼ਕ ਫਿਲਮ ਦੇਖੀ ਸੀ, ਮੈਂ ਨਾ ਕਿ ਮੇਰੀ ਫਿਲਮ ਚੱਲ ਰਹੀ ਸੀ, ਸਾਡੀ ਫਿਲਮ ਨੇ ਕਿਤੇ ਡਰੈਗ ਨਹੀਂ ਕੀਤਾ, ਬਾਕੀ ਤੁਸੀਂ ਦੱਸਣਾ ਤੁਹਾਨੂੰ ਕਿਤੇ ਬੋਰ ਕੀਤਾ ਜਾਂ ਨਹੀਂ ਕੀਤਾ, ਪਰ ਮੇਰੇ ਅਕੋਰਡਿੰਗ ਸਾਡੀ ਫਿਲਮ ਨੇ ਡਰੈਗ ਨਹੀਂ ਕੀਤਾ, ਫਿਲਮ ਬੜੀ ਸਮੂਥਲੀ ਚੱਲੀ ਗਈ।
ਹਰਦੀਪ ਭਾਈ ਜੀ, ਮੈਂ ਪੰਜਾਬੀ ਟੀਵੀ ਤੋਂ ਸ਼ੇਖ ਕਰ ਰਿਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਰਦੇ ਹੋ ਸਾਰੇ ਘਰ ਦੇ ਬਾਰੇ ਦੱਸੋ ਜੀ, ਜਿਹੜੇ ਜਿਹੜੇ ਫਿਲਮ ਹਰਦੀਪ ਭਾਈ ਜੀ ਹਮੇਸ਼ਾ ਆਪਣਾ ਸਿਨੇਮਾ ਲੈ ਕੇ ਆਉਂਦਾ, ਕੁਛ ਗੱਲਾਂ ਫਿਲਮ ਬਣ ਰਹੀ ਸੀਗੀ ਸਮੇਂ ਇਮਾਨਦਾਰੀ ਤੇ ਬਣੀ ਫਿਲਮ ਆ, ਇਮਾਨਦਾਰੀ ਨਾਲ ਬਣੀ ਫਿਲਮ ਦੋਨੇ ਚੀਜ਼ਾਂ ਨੇ, ਬਣੀ ਵੀ ਇਮਾਨਦਾਰੀ ਨਾਲ ਆ ਤੇ ਬਣੀ ਵੀ ਇਮਾਨਦਾਰੀ ਤੇ ਆ, ਤੇ ਓਦਾਂ ਇਮਾਨਦਾਰੀ ਵਾਲੇ ਸਾਨੂੰ ਰਿਐਕਸ਼ਨ ਮਿਲੇ ਆਡੀਅੰਸ ਦੇ, ਜਿਹੜੇ ਸਾਡੇ ਨਾਲ ਬੈਠੇ ਜਿਨ੍ਹਾਂ ਨੇ ਫਿਲਮ ਦੇਖੀ ਉਹਨਾਂ ਦੇ ਰਿਐਕਸ਼ਨ ਜਿਹੜੇ ਸੀ ਉਹ ਵੀ ਮੈਨੂੰ ਇਮਾਨਦਾਰੀ ਵਾਲੇ ਲੱਗੇ। ਮੈਂ ਐਵੇਂ ਕਹਾਂ ਅਤੇ ਜਿਹੜੇ ਇੱਦਾਂ ਨੈਚੁਰਲ ਰਿਐਕਸ਼ਨ ਹੁੰਦੇ ਆ ਉਹ ਪ੍ਰੂਵ ਕਰਦੇ ਆ ਜੇ ਫਿਲਮ ਪਸੰਦ ਆਉਂਦੀ ਆ ਲੋਕਾਂ ਨੂੰ, ਅਤੇ ਸਾਡੇ ਵੱਲੋਂ ਫਿਰ ਸਾਨੂੰ ਵਧੀਆ ਲੱਗੇ। ਯੈਸ, ਆਈ ਮੀਨ ਪਹਿਲੀ ਗੱਲ ਤਾਂ ਥੈਂਕ ਯੂ, ਤੁਸੀਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਉਹ ਵਾਲੀ ਚੀਜ਼। ਸੋ ਮੈਂ ਜਦੋਂ ਫਿਲਮ ਦੇਖ ਰਹੀ ਸੀਗੀ ਆਈ ਸਟਿਲ ਰਿਮੈਂਬਰ ਰਾਜ ਨੇ ਮੈਨੂੰ ਵਿੱਚ ਦੀ ਆ ਕੇ ਬੋਲਿਆ ਸੀਗਾ ਕਿ ਲੁੱਕ ਬਹੁਤ ਸੋਹਣੀ ਲੱਗ ਰਹੀ ਹੈ, ਇੱਕ ਬਹੁਤ ਹੀ ਦੇਸੀ ਵਾਲਾ ਜਿਹੜਾ ਕੈਰੈਕਟਰ ਹੈ ਇਨੋਸੈਂਸ ਹੈਗੀ ਆ ਉਹ ਕੈਰੈਕਟਰ ਦੇ ਵਿੱਚ ਦਿਖ ਰਹੀ ਹੈ, ਕਿਉਂਕਿ ਇਹਨਾਂ ਨੇ ਤਾਂ ਪਹਿਲੀ ਵਾਰ ਪੂਰੀ ਫਿਲਮ ਦੇਖੀ ਆ ਅੱਜ, ਹੈ ਨਾ। ਮੈਂ ਆਪਣੇ ਆਪ ਨੂੰ ਕਾਫੀ ਵਾਰ ਦੇਖ ਚੁੱਕੀ ਸੀਗੀ ਸੇਮ ਉਹਦੇ ਵਿੱਚ, ਪਰ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਕੈਰੈਕਟਰ ਦੇ ਨਾਲ ਮੈਚ ਉਹ ਚੀਜ਼ ਹੋ ਰਹੀ ਹੈ। ਸੋ ਆਮ ਰੀਅਲੀ ਹੈਪੀ ਕਿ ਮੈਨੂੰ ਐਟਲੀਸਟ ਇਹੋ ਜਿਹਾ ਕੁਝ ਵੇਰੀਏਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਆਪਣੇ ਕੈਰੈਕਟਰ ਦੇ ਵਿੱਚ। ਐਂਡ ਮੈਨੂੰ ਆਈ ਥਿੰਕ ਫਿਲਮ ਜਦੋਂ ਖਤਮ ਵੀ ਹੋਈ ਹੈ ਨਾ, ਮੈਨੂੰ ਲੱਗਦਾ ਸਾਰਿਆਂ ਨੇ ਚਲੋ ਫਿਲਮ ਅੱਛੀ ਲੱਗੀ, ਸਾਰਿਆਂ ਨੇ ਬੋਲਿਆ, ਮੈਨੂੰ ਕਾਫੀ ਸਾਰੇ ਕਮੈਂਟਸ ਵੀ ਮਿਲੇ ਕਿ ਤੁਹਾਡੀ ਲੁੱਕ ਬਹੁਤ ਅੱਛੀ ਲੱਗ ਰਹੀ ਹੈ, ਇੱਕ ਉਹ ਦੇਸੀ ਪਾਨ ਹੈ ਨਾ ਭੋਲਾ ਪਾਨ ਉਹ ਕੈਰੈਕਟਰ ਦੇ ਵਿੱਚ ਦਿਖ ਰਿਹਾ। ਸੋ ਆਈ ਥਿੰਕ ਇਹ ਬਹੁਤ ਵੱਡੀ ਗੱਲ ਹੈ, ਲਾਈਕ ਫੋਰ ਐਨ ਐਕਟਰ ਕਿ ਆਈ ਕੁਡ ਪਲੇ ਦੈਟ ਐਂਡ ਆਈ ਕੁਡ ਪੁੱਲ ਆਫ ਦੈਟ ਥਿੰਗ, ਸੋ ਬਹੁਤ ਵੱਡੀ ਗੱਲ ਹੈ। ਥੈਂਕ ਯੂ। ਦੇਖੋ ਜਦੋਂ ਆਪਾਂ ਫਿਲਮ ਬਣਾਉਂਦੇ ਹਾਂ, ਫਿਲਮ ਬਣਾਉਣ ਤੋਂ ਬਾਅਦ ਜੇ ਰਿਸਪੋਂਸ ਮਿਲਦਾ ਉਦੋਂ ਹੀ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ। ਜਿਵੇਂ ਅੱਜ ਹੁਣ ਫਿਲਮ ਸਾਰੇ ਦੇਖ ਰਹੇ ਸੀ, ਸਾਰਿਆਂ ਨੂੰ ਵਧੀਆ ਲੱਗ ਰਹੀ ਸੀ, ਅਤੇ ਉਹ ਲਾਈਵ ਰਿਸਪੋਂਸ ਜਿਹੜਾ ਆਉਂਦਾ ਹੈ ਆਡੀਅੰਸ ਬਹਿ ਕੇ ਦੇਖਣ ਨੂੰ, ਉਹਦੇ ਤੋਂ ਹੀ ਸਾਨੂੰ ਐਕਚੁਲੀ ਪਤਾ ਲੱਗਾ ਕਿ ਫਿਲਮ ਜਿਹੜੀਆਂ ਚੀਜ਼ਾਂ ਸਾਨੂੰ ਕਈ ਵਾਰੀ ਹੁੰਦਾ ਕਿ ਆਪਾਂ ਕਰ ਲੈਂਦੇ ਹਾਂ, ਉਹਨਾਂ ਸਾਨੂੰ ਇਹ ਵੀ ਹੁੰਦਾ ਕਿ ਵਰਕ ਕਿੰਨੀਆਂ ਕਰਨੀਆਂ, ਪਰ ਆਡੀਅੰਸ ਉਸ ਚੀਜ਼ ਬਾਰੇ ਦੱਸਦੀ ਹੈ ਵੀ ਵਰਕ ਕੀਤੀਆਂ, ਅਤੇ ਉਹ ਸਾਰਿਆਂ ਦੀ ਮਿਹਨਤ ਹੈ, ਸਾਰੀ ਟੀਮ ਦੀ, ਸਾਰੇ ਆਰਟਿਸਟਾਂ ਦੀ। ਕਿਸੇ ਵੀ ਆਰਟਿਸਟ ਨੇ ਇੱਦਾਂ ਨਹੀਂ ਕਿਹਾ ਵੀ ਮੈਂ ਆਹ ਇੱਦਾਂ ਦਾ ਨਹੀਂ ਕਰਨਾ, ਜਿੱਦਾਂ ਦਾ ਅਸੀਂ ਡਿਜ਼ਾਈਨ ਕੀਤੇ ਕਰੈਕਟਰ ਉਹ ਸਾਰਿਆਂ ਨੇ ਉੱਦਾਂ ਹੀ ਨਿਭਾਏ ਨੇ। ਸ਼ਾਇਦ ਮੇਰੇ ਸਬਜੈਕਟ ਹੀ ਝੋਲੀ 'ਚ ਪੈਸੇ ਵਾਲੇ ਪੈ ਜਾਂਦੇ ਨੇ, ਸੋ ਜੋ ਆਈ ਜਾਂਦਾ ਆਪਾਂ ਜੋ ਵਧੀਆ ਲੱਗਦਾ, ਜੋ ਮਨ ਨੂੰ ਵੀ ਭਾ ਜਾਂਦਾ, ਐਂ ਲੱਗਦਾ ਵੀ ਇੱਥੇ ਕੁਛ ਕਰਨਾ ਚਾਹੀਦਾ, ਉੱਦਾਂ ਸਬਜੈਕਟ ਬਣਾ ਲਈਦੇ ਨੇ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿੰਨੀ ਛੇਤੀ ਆਪਾਂ ਸਮਝ ਸਕੀਏ ਆਪਣੇ ਪਰਿਵਾਰਾਂ ਨੂੰ, ਆਪਣੇ ਰਿਸ਼ਤਿਆਂ ਨੂੰ, ਉਹਨਾਂ ਦੀ ਅਹਿਮੀਅਤ ਨੂੰ,
ਓਨਾ ਵਧੀਆ ਹੈ ਕਿ ਐਂਡ 'ਤੇ ਜਾ ਕੇ ਦੁਖੀ ਹੋ ਕੇ ਪਛਤਾਉਣ ਨਾਲੋਂ ਤਾਂ ਇਹੀ ਚੰਗਾ ਕਿ ਆਪਾਂ ਨੂੰ ਪਹਿਲਾਂ ਹੀ ਸਮਝ ਜਾਣਾ ਚਾਹੀਦਾ। ਜ਼ਰੂਰੀ ਨਹੀਂ ਪੈਸਾ ਹੀ ਸਾਰਾ ਕੁਛ ਹੈ ਲਾਈਫ ਦੇ ਵਿੱਚ, ਰਿਸ਼ਤਿਆਂ ਦੀ ਅਹਿਮੀਅਤ ਬਹੁਤ ਅਹਿਮੀਅਤ ਰੱਖਦੀ। ਦੇਖੋ ਜੀ, ਕਿਸੇ ਵੀ ਫਿਲਮ ਦੇ ਵਿੱਚ ਜੇ ਕਿਸੇ ਫਸਟ ਪਾਰਟ ਨੂੰ ਉਭਾਰਨਾ ਹੁੰਦਾ ਤਾਂ ਉਹਦੇ ਲਈ ਤੁਹਾਨੂੰ ਬਰਾਬਰ ਦਾ ਡਾਇਰੈਕਟਰ ਪਾਰਟ ਖੜਾ ਕਰਨਾ ਪਊਗਾ। ਤਾਂ ਉਦਾਂ ਦਾ ਕਿਰਦਾਰ ਸੀ ਅਤੇ ਮੇਰਾ ਅੰਦਾਜ਼ ਦਾ ਅਤੇ ਕਿੱਦਾਂ ਦਾ ਨਿਭਾਇਆ ਉਹ ਤਾਂ ਤੁਸੀਂ ਦੱਸਣਾ। ਅਤੇ ਬਾਕੀ ਕਲਾਈਮੈਕਸ ਦੇ ਵਿੱਚ ਜਿਵੇਂ ਕਿ ਆਪਣੀ ਫਿਲਮਾਂ ਦੇ ਵਿੱਚ ਮਿਊਜ਼ਿਕ ਹੁੰਦਾ ਅਤੇ ਹੋਣਾ ਵੀ ਚਾਹੀਦਾ ਹੈਪੀ ਐਂਡਿੰਗ ਔਰ ਸਾਰਾ ਕੁਛ ਵਧੀਆ ਹੋਣਾ ਚਾਹੀਦਾ। ਤਾਂ ਉੱਦਾਂ ਦੀ ਸਾਡੀ ਫਿਲਮ ਬੜੀ ਖੂਬਸੂਰਤ ਫਿਲਮ ਹੈ। ਮਤਲਬ ਕਿ ਅਸੀਂ ਫਿਲਮ ਲਈ ਮੇਰੇ ਖਿਆਲ ਸਾਰੇ ਡਾਇਰੈਕਟਰ ਅਸੀਂ ਐਕਟਰ ਨੇ ਉਹ ਕੋਸ਼ਿਸ਼ ਕੀਤੀ ਕਿ ਫਿਲਮਾਂ ਦੇ ਵਿੱਚ ਤਾਂ ਅਕਸਰ ਕੋਸ਼ਿਸ਼ ਕੀਤੀ ਜਾਂਦੀ ਉਹ ਮਾੜੀ ਗੱਲ ਵੀ ਕੋਸ਼ਿਸ਼ ਕਰਨਾ ਕਿ ਫਿਲਮ ਨੂੰ ਐਕਸਟਰਾ ਦਿਖਾਉਣਾ, ਉਹਦੇ ਵਿੱਚ ਐਕਸਟਰਾ ਸੀਨ ਦੇਣੇ, ਐਕਸਟਰਾ ਸ਼ੋਟ ਦੇਣੇ, ਉਹ ਚੰਗੀ ਗੱਲ ਹੈ, ਉਸ ਦੀ ਕ੍ਰੀਏਟੀਵਿਟੀ ਹੁੰਦੀ ਹੈ। ਬਟ ਉਹ ਫਿਲਮ ਲੋਕਾਂ ਨੂੰ ਪਸੰਦ ਕਰਾਉਣ ਦੀ ਕੀਤੀ ਜਾਂਦੀ, ਫਿਲਮਾਂ ਪਸੰਦ ਕਰਾਉਣ ਦੀ ਬਣਦੀ। ਪਰ ਅਸੀਂ ਐਕਸਟਰਾ ਐਫਰਟ ਕੁਛ ਨਹੀਂ ਕੀਤਾ ਇਹਦੇ ਵਿੱਚ, ਅਸੀਂ ਐਕਸਟਰਾ ਐਫਰਟ ਆਪਣੀ ਕਹਾਣੀ 'ਤੇ ਆਪਣੀ ਆਪਣੇ ਆਪਣੇ ਕਰੈਕਟਰ ਤੋਂ ਕੀਤਾ, ਇੱਕ ਲਾਈਵ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਵੇਂ ਲਾਈਵ ਰਹੂਗੀ, ਜਿਹੜਾ ਕਿ ਅੱਜ ਕੱਲ੍ਹ ਅਸੀਂ ਚੱਲਦਾ ਇੱਕ ਅੰਗਰੇਜ਼ੀ ਦਾ ਸ਼ਬਦ, ਬਹੁਤ ਸਾਰੇ ਐਕਟਰ ਡਾਇਰੈਕਟਰ ਬੋਲਦੇ ਆ ਜਾਂ ਮੇਰੇ ਆਬਜੈਕਟਰ ਵੀ ਮੈਥਡ ਐਕਟਰ, ਮੈਥਡ ਐਕਟਰ ਕੁਛ ਨਹੀਂ ਹੁੰਦੀ, ਉਹ ਲੋਕ ਕਰਦੇ ਨਹੀਂ ਸਮਝ ਮੈਥਡ ਐਕਟਰ, ਕਰਦੇ ਐਕਟਰ ਨਹੀਂ ਹੁੰਦੇ, ਫਿਜ਼ੀਕਲ ਮੈਥਡ ਐਕਟਰ ਵੀ ਮੈਥਡ ਐਕਟਰ ਹੈ ਨਾ, ਜਸਟ ਐਕਟਰ ਉਹ ਮੈਥਡ ਕਹਿੰਦੇ ਅੰਗਰੇਜ਼ੀ ਦਾ ਸ਼ਬਦ ਜਿਹੜਾ ਬਣਦਾ ਵਾ। ਪਰ ਅਸੀਂ ਮੇਰਾ ਨੈਕਸਟ ਵਰਜ਼ਨ ਬਣਾਈ ਹੈ, ਪਰ ਕੋਸ਼ਿਸ਼ ਕੀਤੀ ਨੈਕਸਟ ਐਕਟਰ ਪਹਿਲੀ ਗੱਲ ਤਾਂ ਕਹਾਣੀ ਸਾਡੀ ਨੈਚੁਰਲ ਸੀ, ਕਹਾਣੀ ਆਰਟੀਫਿਸ਼ਲ ਨਹੀਂ ਸੀ, ਹੈ ਨਾ। ਇੱਕ ਹੁੰਦੀ ਹੈ ਨਾ ਵੀ ਫਿਕਸ਼ਨਲ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਚੀਜ਼ਾਂ ਆਮ ਲੋਕਾਂ ਦੀ, ਮੈਂ ਜਿਵੇਂ ਪਹਿਲਾਂ ਵੀ ਕਹਿੰਦਾ ਵੀ ਖਾਸ ਕਹਾਣੀ ਆ, ਉਸ ਤੋਂ ਬਾਅਦ ਜਿਹੜਾ ਘੜੀਆਂ ਚੀਜ਼ਾਂ ਘੜੀਆਂ ਸਾਡੇ ਕਰੈਕਟਰਸ ਘੜੇ ਜਾਂ ਜੋ ਐਗਜੀਕਿਊਸ਼ਨ ਸੀ ਉਹ ਤਾਂ ਸਾਡੇ ਡਾਇਰੈਕਟਰ ਸਾਹਿਬ ਦੀ ਸੀ, ਜਿਵੇਂ ਇਹਨਾਂ ਨੇ ਕਿਹਾ ਜਿਸ ਤਰੀਕੇ ਕਿਹਾ ਉਸ ਤਰੀਕੇ ਅਸੀਂ ਕਰਦੇ ਗਏ। ਅਤੇ ਟੀਮ ਵਰਕ ਹੁੰਦਾ ਜੀ, ਮੈਨੂੰ ਲੱਗਦਾ ਵੀ ਟੀਮ ਸਾਰੀ ਜਦੋਂ ਇਕੱਠੀ ਕੰਮ ਕਰਦੀ ਹੈ ਤਾਂ ਵਧੀਆ ਚੀਜ਼ ਬਣਦੀ। ਮੈਂ ਇਹੀ ਕਹਾਂਗਾ ਜੀ, ਸਾਰੀ ਟੀਮ ਦੀ ਬਹੁਤ ਮਿਹਨਤ ਲੱਗੀ ਹੈ ਅਤੇ ਫਿਲਮ ਤੁਸੀਂ ਸਾਰਿਆਂ ਨੇ ਦੇਖੀ ਹੈ ਹੁਣ, ਅਤੇ ਮੈਂ ਕਹਾਂਗਾ ਬਹੁਤ ਇੱਕ ਇਮਾਨਦਾਰੀ 'ਤੇ ਫਿਲਮ ਬਣੀ ਆ ਅਤੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਦਿਖਾਉਣ ਵਾਲੀ ਫਿਲਮ ਹੈ। ਅਤੇ ਮੈਂ ਤਾਂ ਇਹ ਕਹੂੰਗਾ 23 ਤਰੀਕ ਨੂੰ ਫਿਲਮ ਲੱਗ ਰਹੀ ਹੈ ਅਤੇ ਸਾਰੇ ਸਿਨੇਮਾ ਘਰਾਂ 'ਚ ਜਾ ਕੇ ਦੇਖੋ, ਤੁਹਾਡੇ ਲਈ ਬਣਾਈ ਹੈ ਅਸੀਂ। ਤੁਸੀਂ ਜੇ ਦੇਖਿਆ ਨਹੀਂ ਜਦੋਂ ਅਸੀਂ ਐਂਟਰੀ ਮਾਰੀ ਸੀ, ਇਹਨਾਂ ਨਹੀਂ ਸੰਭਿਆ ਕਿਉਂਕਿ ਇਹ ਪ੍ਰੋਡਿਊਸਰ ਨੇ, ਇਹਨਾਂ ਦੀ ਫਸ ਜਾਓ। ਉਹ ਮੈਂ ਹਾਲੇ ਤੱਕ ਸੰਭਾਲ ਕੇ ਰੱਖਿਆ ਹੋਇਆ, ਹਾਲੇ ਵੀ ਹੈਗਾ ਮੇਰੇ ਕੋਲੇ, ਉਹਨੂੰ ਮੈਂ ਛੱਡਾਂਗੀ ਨਹੀਂ। ਹਾਂ ਉਹ ਵਾਲੇ ਆਪਾਂ ਵੰਡ ਸਕਦੇ ਹਾਂ, ਕੋਈ ਗੱਲ ਨਹੀਂ, ਆਪਾਂ ਇੰਟਰਵਿਊ ਤੋਂ ਬਾਅਦ ਆਪਾਂ ਪੈਸੇ ਵੈਸੇ ਵੀ ਵੰਡਣ ਵਾਲੀ ਹਾਂ, ਉਹਦੇ 'ਚ ਆਪਾਂ ਵੰਡ ਦਿੰਦੇ ਹਾਂ, ਹੈ ਨਾ। ਉਹ ਵੈਸੇ ਮੇਰੇ ਕੰਮ ਆਉਣ ਵਾਲੇ ਤਾਂ ਹੈ। ਇਹ ਜਿਹੜੀ ਸਟੋਰੀ ਹੈਗੀ ਆ, ਅਮਨ ਸਿੱਧੂ ਨੇ ਇਹ ਲਿਖੀ ਹੋਈ ਸੀ, ਉਹਨਾਂ ਦਾ ਨਾਮ ਲੈਣਾ ਰਹਿ ਗਿਆ ਸੀਗਾ, ਤੇ ਇੱਕ ਵੀ ਕੋਈ ਏਦਾਂ ਦਾ ਸੀਨ ਨਹੀਂ ਜਿਹੜਾ ਮਤਲਬ ਉਹਨਾਂ ਨੇ ਫਾਲਤੂ ਲਿਖਿਆ ਸੀ। ਜਿੰਨਾ ਅਸੀਂ ਸ਼ੂਟ ਕੀਤਾ ਉਹ ਸਾਰਾ ਹੀ ਫਿਲਮ ਦੇ ਵਿੱਚ, ਐਕਸਟਰਾ ਕੁਛ ਨਹੀਂ, ਮਤਲਬ ਐਕਸਟਰਾ ਅਸੀਂ ਸ਼ੂਟ ਕੀਤਾ ਹੀ ਨਹੀਂ, ਜੋ ਜੋ ਚਾਹੀਦਾ ਸੀ ਉਨਾ ਹੀ ਹੋਇਆ। ਸੋ ਅਮਨ ਇੱਥੇ ਸੀ, ਮੇਰੇ ਇੱਕਦਮ ਦਿਮਾਗ 'ਚ ਆਇਆ ਕਿ ਉਹਦੇ ਬਾਰੇ ਕੁਛ ਦੱਸਿਆ ਨਹੀਂ, ਸੋ ਡਾਇਲੋਗ ਭਿੰਦੀ ਤੋਲਾਵਾਲ ਦੇ ਸੀਗੇ, ਅਤੇ ਬਹੁਤ ਹੀ ਪਿਆਰੀ ਫਿਲਮ ਬਣੀ ਆ, ਮੈਨੂੰ ਤਾਂ ਬਹੁਤ ਚੰਗੀ ਲੱਗੀ। ਮੈਂ ਜਦੋਂ ਦੇਖ ਰਹੀ ਸੀਗੀ ਤਾਂ ਮਤਲਬ ਮੈਂ ਅੱਜ ਰੋਣ ਲੱਗ ਗਈ। ਥੈਂਕ ਯੂ ਜੀ, ਥੈਂਕ ਯੂ ਜੀ।
ਸੋ ਜੇ ਪੈਸਾ ਬੋਲਦਾ ਹੁੰਦਾ ਤੇ ਪ੍ਰੀਮੀਅਰ ਦੇ ਉੱਤੇ ਹੈਗੇ ਆ ਔਰ ਫਿਲਮ ਦੇਖ ਕੇ ਜਸਟ ਨਿਕਲੇ ਆ। ਹਰਦੀਪ ਭਾਜੀ ਮੇਰੇ ਨਾਲ ਨੇ, ਭਾਜੀ ਬਹੁਤ ਬਹੁਤ ਮੁਬਾਰਕਾਂ ਜੇ ਪੈਸਾ ਬੋਲਦਾ ਹੁੰਦਾ। ਇੱਕ ਮੈਂ ਨਹੀਂ ਕੁਛ ਕਹਿਣਾ ਚਾਹੂੰਗਾ, ਮੈਂ ਚਾਹੂੰਗਾ ਤੁਸੀਂ ਪਹਿਲਾਂ ਆਡੀਅੰਸ ਨਾਲ ਗੱਲ ਕਰੋ, ਤੁਸੀਂ ਬੜੀ ਮਿਹਨਤ ਨਾਲ ਫਿਲਮ ਬਣਾਈ ਆ, ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਇੱਕ ਸਵਾਲ ਕਰਾਂਗਾ। ਅਸੀਂ ਤਾਂ ਇਹੀ ਕਹਾਂਗੇ ਜੀ, ਦੇਖੋ ਇਮਾਨਦਾਰੀ ਨਾਲ, ਇਮਾਨਦਾਰੀ 'ਤੇ ਫਿਲਮ ਬਣਾਈ ਆ ਅਸੀਂ, ਜੋ ਮੈਨੂੰ ਲੱਗਦਾ ਜਿੰਨੀ ਆਡੀਅੰਸ ਨੇ ਹੁਣ ਦੇਖੀ ਆ ਉਹਨਾਂ ਨੇ ਵੀ ਇਮਾਨਦਾਰੀ ਨਾਲ ਦੇਖੀ ਜੀ, ਇਮਾਨਦਾਰੀ ਨਾਲ ਰਿਵਿਊ ਦੇਣਗੇ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਪਸੰਦ ਵੀ ਆਊਗੀ ਮੈਨੂੰ ਜਿੱਥੇ ਤੱਕ ਲੱਗਦਾ। ਹਾਂਜੀ, ਅੱਛਾ, ਸਮਾਜਿਕ ਮੁੱਦਿਆਂ ਨੂੰ ਤੁਸੀਂ ਹਮੇਸ਼ਾ ਆਪਣੀ ਫਿਲਮਾਂ ਦਾ ਹਿੱਸਾ ਬਣਾਉਂਦੇ ਹੋ, ਮੋਟੀਵੇਸ਼ਨ ਨੂੰ ਹਿੱਸਾ ਬਣਾਉਂਦੇ ਹੋ, ਇਸ ਫਿਲਮ ਦੇ ਵਿੱਚ ਵੀ ਕਿੱਦਾਂ ਦੀ ਮੋਟੀਵੇਸ਼ਨ ਹੈ ਜੋ ਸ਼ਾਇਦ ਅੱਜ ਕੋਈ ਨਹੀਂ ਦੇ ਰਿਹਾ ਕਿ ਇਮਾਨਦਾਰੀ ਦੇ ਉੱਤੇ ਚੱਲਣਾ ਚਾਹੀਦਾ? ਸੋ ਇੱਦਾਂ ਇਹ ਫੈਸਲਾ ਹੈ ਤੁਹਾਡਾ ਕਿ ਤੁਸੀਂ ਆਪਣੇ ਐਕਟ ਦੇ ਨਾਲ ਹਮੇਸ਼ਾ ਇੱਦਾਂ ਦੇ ਕੁਝ ਮੈਸੇਜ ਦਿਓਗੇ, ਇੱਕ ਬਤੌਰ ਐਕਟਰ ਸੋਚਦੇ ਹੋ ਜਾਂ ਕੀ ਸੋਚ ਹੈ ਤੁਹਾਡੀ ਇਸ ਵਿੱਚ? ਦੇਖੋ, ਐਂਟਰਟੇਨਮੈਂਟ ਹੁੰਦੀ ਆ ਵੈਸੇ ਤਾਂ ਬੇਸਿਕ, ਅਤੇ ਪਰ ਜੇ ਐਂਟਰਟੇਨਮੈਂਟ ਦੇ ਨਾਲ ਨਾਲ ਜਿਵੇਂ ਮੈਂ ਪਹਿਲਾਂ ਵੀ ਕਿਹਾ, ਜੇ ਮੈਸੇਜ ਦੇ ਦਾਂਗੇ ਤਾਂ ਕੋਈ ਮਾੜੀ ਗੱਲ ਨਹੀਂ ਆ, ਚੰਗੀ ਗੱਲ ਹੀ ਆ ਜੀ। ਸੋ ਅਗਲੇ ਵੈਂਚਰਸ ਦੇ ਲਈ ਵੀ ਬਹੁਤ ਸਾਰੀਆਂ ਤਿਆਰੀਆਂ ਹੋ ਸਕਦੀਆਂ ਨੇ, ਕੀ ਜੇ ਪੈਸਾ ਬੋਲਦਾ ਹੁੰਦਾ ਤਾਂ ਸੈਕਿੰਡ ਪਾਰਟ ਬਣੂਗਾ? ਬਿਲਕੁਲ ਜੀ, ਆਡੀਅੰਸ ਪ੍ਰਵਾਨ ਕਰੇ ਅਤੇ ਸੈਕਿੰਡ ਪਾਰਟ ਬਣਾਵਾਂਗੇ, ਥਰਡ ਪਾਰਟ ਵੀ ਬਣਾਵਾਂਗੇ, ਕੋਈ ਇਹੋ ਜਿਹੀ ਗੱਲ ਨਹੀਂ। ਸੋ 23 ਫਰਵਰੀ ਦੇ ਲਈ ਆਡੀਅੰਸ ਲਈ ਲਾਸਟ ਮੈਸੇਜ ਤੁਹਾਡਾ? ਇਹੀ ਕਹਾਂਗੇ ਜੀ ਵੀ 23 ਫਰਵਰੀ ਨੂੰ ਆਪਣੀਆਂ ਆਪਣੀਆਂ ਫੈਮਿਲੀਜ਼ ਦੇ ਨਾਲ ਜ਼ਰੂਰ ਫਿਲਮ ਦੇਖਣ ਜਾਓ, ਅਤੇ ਐਂਟਰਟੇਨਿੰਗ ਫਿਲਮ ਵਿਦ ਅ ਮੈਸੇਜ, ਅਤੇ ਤੁਹਾਨੂੰ ਪਸੰਦ ਜ਼ਰੂਰ ਆਊਗੀ ਜੀ। ਥੈਂਕ ਯੂ ਸੋ ਮਚ। ਸੋ ਜੇ ਪੈਸਾ ਬੋਲਦਾ ਹੁੰਦਾ ਹੁਣ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਚੁੱਕੀ ਹੈ, ਪ੍ਰੀਮੀਅਰ ਬਹੁਤ ਇੰਜੋਏ ਕੀਤਾ, ਔਰ ਦੇਖੋ ਸਾਡੇ ਨਾਲ ਪੰਜਾਬ ਦੀ ਜੱਟੀ ਅੱਜ ਜੱਟੀ ਵਾਲੇ ਰੂਪ ਦੇ ਵਿੱਚ ਹੈ। ਸੋ ਮੁਬਾਰਕਾਂ ਤੁਹਾਨੂੰ। ਥੈਂਕ ਯੂ ਸੋ ਮਚ। ਮੈਂ ਆਪਣੇ ਕੈਰੇਕਟਰ ਚ ਆਈ ਨਾ, ਰਾਣੀ ਦੇ ਕੈਰੇਕਟਰ ਚ, ਯੈਸ, ਉਹ ਰਾਣੀ ਦਾ ਕੈਰੇਕਟਰ ਨਾ ਜ਼ਿਆਦਾ ਵਸ ਗਿਆ ਕਿ ਉਹ ਬਾਹਰ ਹੀ ਨਹੀਂ ਨਿਕਲ ਰਿਹਾ, ਤਾਂ ਮੈਂ ਆਪਣੇ ਪੂਰੇ ਕੈਰੇਕਟਰ ਦੇ ਵਿੱਚ ਆਈ ਹਾਂ ਜੀ। ਯਾਨਾ ਜੀ, ਤੁਸੀਂ ਹੋਰ ਵੀ ਬਹੁਤ ਸਾਰੇ ਸੋਹਣੇ ਕਿਰਦਾਰ ਨਿਭਾਏ ਨੇ, ਪਰ ਅੱਜ ਜਿਹੜਾ ਰਾਣੀ ਦਾ ਕਿਰਦਾਰ ਸੀਗਾ ਉਹ ਰੂਹ ਦੇ ਵਿੱਚ ਉਤਰਨ ਵਾਲਾ ਕਿਰਦਾਰ ਸੀ, ਕਿਉਂਕਿ ਇਨੋਸੈਂਟ ਸੀਗਾ ਔਰ ਉਸ ਪੰਜਾਬ ਦੀ ਬੇਟੀ ਨੂੰ ਰੀਪ੍ਰਜੈਂਟ ਕਰਦਾ ਸੀ ਜਿਹੜੀ ਅਸੀਂ ਅੱਜ ਮਿਸਿੰਗ ਪਾ ਰਹੇ ਹਾਂ। ਸੋ ਕਿਹਨੇ ਤਿਆਰ ਕਰਵਾਇਆ ਹੈ ਇਸ ਦੇ ਲਈ? ਡਾਇਰੈਕਟਰ ਸਾਹਿਬ ਨੇ ਪ੍ਰੈਪਰੇਸ਼ਨ ਕਰਾਈ ਤੁਹਾਡੀ, ਆਪਣੀ ਆਬਜ਼ਰਵੇਸ਼ਨ ਸੀਗੀ? ਨਹੀਂ, ਆਬਜ਼ਰਵੇਸ਼ਨ ਸੀਗੀਆਂ, ਜਿਹੜੇ ਇਹ ਵਾਲਾ ਨਾ ਪਿਆਰਾ ਜਿਹਾ ਜਿਹੜਾ ਕਿਰਦਾਰ ਹੈ, ਇਹ ਮੈਂ ਬਚਪਨ ਤੋਂ ਮੈਂ ਦੇਖਦੀ ਆਈ ਹਾਂ ਪਿੰਡਾਂ ਦੀਆਂ ਕੁੜੀਆਂ ਦਾ ਜਿਹੜਾ ਕਿਰਦਾਰ ਸੀਗਾ, ਹੈ ਨਾ, ਉਹ ਮੈਂ ਜੋ ਛੋਟੀਆਂ ਮੋਟੀਆਂ ਆਬਜ਼ਰਵੇਸ਼ਨ ਕੀਤੀਆਂ ਸੀਗੀਆਂ ਉਹ ਹੈਗੀਆਂ। ਬਾਕੀ ਅਫਕੋਰਸ ਡਾਇਰੈਕਟਰ ਦਾ ਹੁੰਦਾ ਕਿ ਡਾਇਰੈਕਟਰ ਦੀ ਇਨਪੁਟ ਸੀਗੀਆਂ, ਹੈ ਨਾ, ਤਾਂ ਉਹਨਾਂ ਦੀ ਇਨਪੁਟਸ ਹੋਈਆਂ। ਬਾਕੀ ਸਾਡੇ ਰਾਈਟਰ ਨੇ ਕੈਰੈਕਟਰ ਇੰਨਾ ਵਧੀਆ ਤਰੀਕੇ ਨਾਲ ਲਿਖਿਆ ਨਾ ਕਿ ਉਹ ਵੈਸੇ ਮੇਰੇ ਅੰਦਰ ਵਸ ਗਿਆ, ਹੈ ਨਾ, ਤਾਂ ਮੈਨੂੰ ਮੈਨੂੰ ਬੜਾ ਮਜ਼ਾ ਆਇਆ ਉਹ ਵਾਲਾ ਕੈਰੈਕਟਰ ਪਲੇ ਕਰਨ 'ਚ, ਐਂਡ ਇਟ ਵਾਜ਼ ਲਾਈਕ ਆਈ ਥਿੰਕ ਰੀਅਲੀ ਫਨ, ਐਂਡ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਮੇਰਾ ਕਿਰਦਾਰ, ਸੋ ਆਮ ਰੀਅਲੀ ਹੈਪੀ ਫੋਰ ਦੈਟ। ਰਾਈਟ, ਸੋ ਇਸ ਪ੍ਰੋਜੈਕਟ ਬਾਰੇ ਇਹ ਕਹਾਂਗਾ ਕਿ ਇੱਦਾਂ ਦਾ ਪ੍ਰੋਜੈਕਟ, ਮੈਮ ਇਸ ਸਾਈਡ ਆ ਜਾਓ। ਸੋ ਇਸ ਤਰ੍ਹਾਂ ਦਾ ਪ੍ਰੋਜੈਕਟ ਹੈਗਾ ਜਿਹੜਾ ਕਿ ਸ਼ਾਇਦ ਹੀ ਕੋਈ ਹੱਥ ਪਾਉਂਦਾ, ਹੈ ਨਾ, ਅਤੇ ਤੁਸੀਂ ਉਸਨੂੰ ਬਣਾਇਆ, ਇੱਕ ਇਨੋਸੈਂਸ ਦਾ ਮੈਸੇਜ ਦੇ ਰਹੇ ਹੋ, ਇਮਾਨਦਾਰੀ ਦਾ ਮੈਸੇਜ ਦੇ ਰਹੇ ਹੋ, ਪਰਿਵਾਰਿਕ ਰਿਸ਼ਤਿਆਂ ਦਾ ਮੈਸੇਜ ਦੇ ਰਹੇ ਹੋ, ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਤਾਂ ਕਿ 23rd ਨੂੰ ਸਿਨੇਮਾ ਘਰਾਂ 'ਚ ਪਹੁੰਚਣ? ਅਸੀਂ ਇੱਕ ਨਾ ਬੜੀ ਪਿਆਰੀ ਜੀ, ਜੇ ਪੈਸਾ ਬੋਲਦਾ ਨਾ, ਬੜੀ ਪਿਆਰੀ ਜੀ ਸਿੰਪਲ ਜੀ ਫਿਲਮ ਬਣਾਈ ਹੈ ਅਸੀਂ, ਜੋ ਫੈਮਿਲੀ ਵਾਲੀ ਫਿਲਮ ਹੈ। ਤੁਸੀਂ ਆਪਣੀ ਪੂਰੀ ਫੈਮਿਲੀ ਦੇ ਨਾਲ ਜਾਓ, ਜਾ ਕੇ ਫਿਲਮ ਨੂੰ ਦੇਖੋ, ਇਹ 'ਚ ਮੈਸੇਜ ਵੀ ਹੈਗਾ। ਮੈਨੂੰ ਜੋ ਲੱਗਦਾ ਕਿ ਇਸ ਕਹਾਣੀ ਦੇ ਨਾਲ ਜਿੰਨੇ ਇਹਦੇ 'ਚ ਕੈਰੈਕਟਰਸ ਆ, ਤੁਸੀਂ ਸਾਰੇ ਉਹਨਾਂ ਨਾਲ ਰਿਲੇਟ ਕਰ ਪਾਓਗੇ। ਬੜੇ ਰਿਲੇਟੇਬਲ ਜੇ ਐਂਡ ਬੜੇ ਨੈਚੁਰਲ ਜੇ ਕੈਰੈਕਟਰਸ ਹੈ, ਜੋ ਸਾਨੂੰ ਅੱਜ ਰਿਸਪੋਂਸ ਵੀ ਮਿਲਿਆ ਬੇਸਿਕਲੀ। ਸੋ ਪਲੀਜ਼ ਆਪਣੀ ਫੈਮਿਲੀ ਦੇ ਨਾਲ ਜਾਓ, 23rd ਨੂੰ ਆਪਾਂ ਮਿਲਦੇ ਹਾਂ ਸਿਨੇਮਾ ਘਰਾਂ 'ਚ ਜੀ। ਔਰ ਬਤੌਰ ਪ੍ਰੋਡਿਊਸਰ ਤੁਸੀਂ ਸ਼ੁਰੂਆਤ ਕੀਤੀ ਹੈ, ਵਿਸ਼ੋ ਆਲ ਦੀ ਬੈਸਟ, ਇਹ ਫਿਲਮ ਜਿਹੜੀ ਹੈ ਤੁਹਾਡੇ ਉਹਨਾਂ ਸੁਪਨਿਆਂ ਨੂੰ ਪੂਰਾ ਕਰੇ, ਉਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਏ ਜਿਹੜਾ ਤੁਸੀਂ ਚਾਹੁੰਦੇ ਹੋ। ਥੈਂਕ ਯੂ ਸੋ ਮਚ। ਜੇ ਪੈਸਾ ਬੋਲਦਾ ਹੁੰਦਾ ਤੇ ਪ੍ਰੀਮੀਅਰ ਦੇ ਉੱਤੇ ਹੈਗੇ ਸਾਡੇ ਨਾਲ ਨੇ ਰਾਜ ਧਾਲੀਵਾਲ, ਜਿਨ੍ਹਾਂ ਨੇ ਆਪਣੇ ਕਿਰਦਾਰ ਨੂੰ ਇੰਨਾ ਕੁ ਕਿਰਦਾਰ ਦੇ ਵਿੱਚ ਡੁੱਬ ਕੇ ਪਲੇ ਕੀਤਾ। ਸਰ ਆਓ, ਤੁਹਾਡੇ ਵੀ ਨਾਲ ਰਿਵਿਊ ਚਾਹੀਦੇ ਹੈ, ਆ ਜਾਓ ਤੁਹਾਡੀ ਤਾਂ ਨਹੀਂ ਜ਼ਰੂਰੀ ਹੈ, ਅੱਜ ਸਵਾਲ ਹੀ ਇੱਦਾਂ ਦਾ, ਤੁਹਾਨੂੰ ਆਉਣਾ ਪੈਣਾ। ਮੈਂ ਉਹੀ ਕਹਿ ਰਿਹਾ ਸੀ ਕਿ ਨਿਰਭੈ ਭਾਜੀ, ਸਤਿ ਸ਼੍ਰੀ ਅਕਾਲ ਜੀ, ਔਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਸਾਡੇ ਚੈਨਲ ਦੇ ਉੱਤੇ।
ਤੇ ਰਾਜ ਧਾਲੀਵਾਲ ਮੈਮ ਨੇ ਆਪਣਾ ਕਿਰਦਾਰ ਇੰਨਾ ਕੁ ਡੁੱਬ ਕੇ ਕੀਤਾ ਉਹਦੇ ਵਿੱਚ ਕਿ ਹੈ ਨਾ ਕਿ ਨਫ਼ਰਤ ਹੀ ਹੋਣ ਲੱਗ ਗਈ ਵੀ ਯਾਰ ਇੱਦਾਂ ਦੀ ਘਰ ਵਾਲੀ ਨਹੀਂ ਹੋਣੀ ਚਾਹੀਦੀ ਵੀ ਜਿਹੜਾ ਘਰ ਪੱਟ ਦੇਵੇ ਇਸੇ ਕਰਕੇ ਮੈਂ ਕਿਹਾ ਮੈਂ ਹੁਣ ਭਾਜੀ ਨੂੰ ਨਾਲ ਭਾਜੀ ਨੂੰ ਨਾਲ ਬੁਲਾਉਣਾ ਫਿਰ ਸਵਾਲ ਕਰਦਾ ਹਾਂ ਹਾਂਜੀ ਹੁਣ ਕੀ ਕਹੋਗੇ ਦੱਸੋ ਪਤਾ ਨਹੀਂ ਹੁਣ ਮੈਂ ਵਧੀਆ ਕੀਤਾ ਕੰਮ ਮੈਨੂੰ ਤੁਸੀਂ ਦੱਸੋ ਵੀ ਮੈਂ ਤਾਂ ਕੰਮ ਕਰਤਾ ਦੇਖੋ ਅੱਜ ਸਾਰੇ ਦਰਸ਼ਕ ਹੀ ਬੈਠੇ ਸੀਗੇ ਤੁਸੀਂ ਵੀ ਅੱਜ ਬਤੌਰ ਦਰਸ਼ਕ ਦੇਖ ਰਹੇ ਸੀਗੇ ਰਿਵਾ ਭਾਜੀ ਨੂੰ ਵੀ ਤਾਂ ਹੀ ਪੁੱਛ ਰਹੇ ਵੀ ਬਤੌਰ ਦਰਸ਼ਕ ਤੁਸੀਂ ਦੇਖਿਆ ਸੋ ਕੀ ਕਹੋਗੇ ਹੈ ਨਾ ਫਿਲਮ ਤੁਹਾਡੇ ਕਿਰਦਾਰ ਬਾਰੇ ਅਤੇ ਤੁਸੀਂ ਵੀ ਖੁਦ ਕਹਿ ਰਹੇ ਸੀਗੇ ਕਿ ਖੁਦ ਨੂੰ ਹੀ ਇੱਦਾਂ ਬੁਰਾ ਲੱਗਣ ਲੱਗ ਗਿਆ ਸੋ ਇੱਦਾਂ ਨਹੀਂ ਉਹਨਾਂ ਦਾ ਤਜਰਬਾ ਪੁੱਛੋ ਇਹਨਾਂ ਨਾਲ ਘਰੇ ਮੈਂ ਕਿਵੇਂ ਕਰਦੀ ਹਾਂ ਇਹੀ ਕੁਛ ਚੱਲਦਾ ਕਿ ਨਹੀਂ ਚੱਲਦਾ ਚੱਲਦਾ ਭਾਜੀ ਨਹੀਂ ਨਹੀਂ ਸੱਚ ਦੱਸ ਦੋ ਮੈਂ ਕੁਛ ਨਹੀਂ ਇੱਕ ਦੋ ਡਾਇਲੋਗ ਚ ਇੱਕ ਦੋ ਡਾਇਲੋਗਾਂ ਦਾ ਮੇਰੇ ਹੁਣ ਯਾਦ ਨਹੀਂ ਕਿਹੜੇ ਸੀਗੇ ਉਹ ਤਾਂ ਟੋਨ ਆਇਆ ਲੱਗੇ ਮੈਨੂੰ ਹੀ ਕਹਿ ਰਹੀ ਹੁੰਦੀ ਆ ਇਹ ਹੈ ਰੀਅਲ ਫੈਕਟ ਹੈ ਐਕਚੁਅਲੀ ਉਹ ਮੈਂ ਘਰੇ ਜਾ ਕੇ ਤੁਹਾਨੂੰ ਕੁਛ ਨਹੀਂ ਕਹਿੰਦੀ ਨਾ ਵੈਸੇ ਆਪ ਨਹੀਂ ਕੁਛ ਕਹਿੰਦਾ ਉਹਨੇ ਦੱਸਤਾ ਉਹਨਾਂ ਨੇ ਪਰ ਡਾਇਲੋਗ ਨਹੀਂ ਦੱਸੇ ਡਾਇਲੋਗ ਵੀ ਦੱਸੋ ਨਾ ਮੈਂ ਕੈਰੇਕਟਰ ਮੈਨੂੰ ਬਹੁਤ ਚੰਗਾ ਲੱਗਿਆ ਸੀ ਇੱਕ ਆਮ ਸਾਡੇ ਪਿੰਡਾਂ ਦੇ ਵਿੱਚ ਇਹੋ ਜਿਹੇ ਕੈਰੇਕਟਰ ਹੁੰਦੇ ਨੇ ਜਿਹੜੇ ਮੈਂ ਬਚਪਨ ਦੇ ਵਿੱਚ ਦੇਖੇ ਹੋਏ ਨੇ ਸੋ ਮੈਂ ਉਹਨਾਂ ਨੂੰ ਰੀਕਾਲ ਕਰਕੇ ਉਹ ਕਰੈਕਟਰ ਕੀਤਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਉਦੋਂ ਅਲੱਗ ਅਲੱਗ ਸ਼ੂਟ ਹੁੰਦਾ ਸੀ ਵੀ ਅੱਜ ਆਹ ਹੋ ਗਿਆ ਵੀ ਮੈਂ ਐਡੀ ਮਾੜੀ ਹਾਂ ਨਹੀਂ ਕਈ ਇਹਦੇ ਵਿੱਚ ਜਿਹੜੇ ਕਈ ਜਿਹੜੇ ਸੀਨ ਨੇ ਨਾ ਜਿਵੇਂ ਮੈਂ ਪਹਿਲਾਂ ਟ੍ਰੇਲਰ ਦੇਖਿਆ ਜੀ ਹੁਣ ਉਹਦੇ ਵਿੱਚ ਉਹ ਬੱਸ ਵਾਲਾ ਸੀਨ ਸੀਗਾ ਮੈਂ ਕਿਹਾ ਯਾਰ ਵੀ ਆਹ ਤਾਂ ਸਾਡੇ ਉਹ ਚੋਰੀ ਹੋ ਗਿਆ ਸੀਨ ਬੱਸ ਵਾਲਾ ਅਸੀਂ ਪਹਿਲੀ ਵਾਰ ਬੱਸ ਆਪਣੀ ਤਾਂ ਲਵ ਸਟੋਰੀ ਉਹਦੇ ਲਈ ਤਾਂ ਮੈਂ ਤੁਹਾਨੂੰ ਸਪੈਸ਼ਲੀ ਬਿਠਾਉਂਗਾ ਉਹ ਬਹੁਤ ਹੀ ਜ਼ਿਆਦਾ ਇਨਸਪਾਇਰਿੰਗ ਹੈ ਮੈਂ ਕਿਹਾ ਮੈਂ ਯਾਰ ਬੱਸ ਵਾਲਾ ਸੀਨ ਉਹ ਨਹੀਂ ਆਪਾਂ ਬੱਸ 'ਚ ਮਿਲਣਾ ਬੱਸ 'ਚ ਤਾਂ ਵਿਆਹ ਹੋਇਆ ਸੀ ਇਮਾਨਦਾਰੀ ਦਾ ਸੁਨੇਹਾ ਦਿੰਦੀ ਹੈ ਸ਼ਾਇਦ ਉਹ ਚੀਜ਼ ਜਿਹੜੀ ਅਸੀਂ ਆਲੇ ਦੁਆਲੇ ਜਿਹੜੀ ਐਮ ਐਸ ਹੁੰਦੇ ਦੇਖ ਰਹੇ ਹਾਂ ਕਿਸੇ ਨੂੰ ਵੀ ਅੱਜ ਪੈਸੇ ਥਿਆ ਜਾਣ ਉਹ ਤੇ ਆਪਣਾ ਲੈ ਕੇ ਘਰ ਤੁਰ ਜੂਗਾ ਪਰ ਫਿਲਮ ਦੇ ਵਿੱਚ ਉਸੇ ਚੀਜ਼ ਨੂੰ ਲੈ ਕੇ ਸੰਘਰਸ਼ ਤੇ ਅੱਗੇ ਦੀਆਂ ਚੀਜ਼ਾਂ ਤੇ ਰਿਵੀਲ ਨਹੀਂ ਕਰਾਂਗਾ ਕਿਉਂਕਿ ਦਰਸ਼ਕਾਂ ਨੇ ਜਾ ਕੇ ਫਿਲਮਾਂ ਉਹ ਵਾਹ ਮਿਲ ਗਏ ਚਲੋ ਮੈਨੂੰ ਹਾਂ ਜੇ ਪੈਸਾ ਬੋਲਦਾ ਹੁੰਦਾ ਤਾਂ ਦੱਸਦਾ ਵੀ ਕਿਹਨੂੰ ਬਿਲੋਂਗ ਕਰਦਾ ਮੈਂ ਤੇ ਹਾਂ ਇਹ ਨੋਟ ਦੀ ਹੈ ਕਿ ਟਿਕਟਾਂ ਨੇ ਅੱਛਾ ਗੱਲ ਸ਼ੇਖਰ ਇਹ ਹੈ ਕਿ ਆਪਾਂ ਚਲੋ ਪੈਸੇ ਦੀ ਗੱਲ ਜਿਹੜੀ ਕਰਦੇ ਹਾਂ ਪੈਸਾ ਜ਼ਿੰਦਗੀ 'ਚ ਓਨਾ ਕੁ ਹੋਵੇ ਕਿ ਆਪਣਾ ਦਿਮਾਗ ਖਰਾਬ ਨਾ ਹੋਵੇ ਠੀਕ ਹੈ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਜ਼ਰੂਰੀ ਹੈ ਸਾਡੇ ਲਈ ਅਤੇ ਹੁਣ ਫਿਲਮ ਦੇ ਵਿੱਚ ਵੀ ਦਿਖਾਇਆ ਕਿ ਉਹ ਆਪਣੇ ਫਾਦਰ ਦੀ ਇੱਜ਼ਤ ਲਈ ਪੈਸੇ ਛੱਡ ਸਕਦੇ ਆ ਠੀਕ ਹੈ ਉਹ ਆਪਣਾ ਵੀ ਸਭ ਕੁਝ ਲਾ ਦਿੰਦੇ ਆ ਸਰ ਕਿੰਨੀ ਮਿਹਨਤ ਕਰਕੇ ਕਿ ਮੇਰੇ ਪਿਓ ਦਾ ਸਿਰ ਜਾਂ ਕਿਸੇ ਅੱਗੇ ਹੱਥ ਨਾ ਮੇਰਾ ਪਿਓ ਜੋੜੇ ਸੋ ਇਹੀ ਤਾਂ ਖੱਟੀ ਹੈ ਨਾ ਜਿਹੜੀ ਵੀ ਅਸੀਂ ਇੱਕ ਦੂਜੇ ਦਾ ਇੱਕ ਰਿਸਪੈਕਟ ਕਰਦੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੇ ਅਸੀਂ ਇੱਕ ਦੂਜੇ ਦੀ ਅਹਿਮੀਅਤ ਸਾਨੂੰ ਪਤਾ ਆ ਮੈਨੂੰ ਹੁਣ ਕਿਸੇ ਨੇ ਕੁਐਸਚਨ ਕੀਤਾ ਵੀ ਤੁਸੀਂ ਕਿਵੇਂ ਟਾਈਮ ਦਿੰਦੇ ਹੋ ਅਸੀਂ ਟਾਈਮ ਜਿਹੜਾ ਸਾਡਾ ਮੰਨ ਲਓ ਇੱਕ ਦਿਨ ਅਸੀਂ ਇੱਕ ਦੂਜੇ ਨਾਲ ਉਹੀ ਟਾਈਮ ਹੈ ਹੈ ਨਾ ਵੈਸੇ ਅਸੀਂ ਇੱਕ ਦੂਜੇ ਦੇ ਕੰਮ ਦੀ ਕਦਰ ਕਰਦੇ ਹਾਂ ਇੰਨਾ ਅਸੀਂ ਇੱਕ ਦੂਜੇ ਨੂੰ ਤਾਂ ਸਮਝਦੇ ਹਾਂ ਇਹੀ ਪਰਿਵਾਰਾਂ ਦਾ ਪਿਆਰ ਹੈਗਾ ਜਿਹੜਾ ਹੋਣਾ ਬਿਲਕੁਲ ਹੋਣਾ ਚਾਹੀਦਾ ਜੀ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਜਾਣਨੀ ਚਾਹੀਦੀ ਹੈ ਪੈਸਾ ਕੀ ਹੈ ਹੱਥ ਦੀ ਮੈਲ ਜੀ ਹੁਣ ਕਮਾਏ ਉਹ ਬੰਦੇ ਨੇ ਵੀ ਤਾਂ ਆਟੋ ਚਲਾ ਕੇ ਕਮਾਈ ਲਏ ਸਿਕਿਉਰਿਟੀ ਗਾਰਡ ਲੱਗ ਕੇ ਵੀ ਕਮਾ ਲਏ ਹੈ ਨਾ ਸੋ ਬੰਦੇ ਨੂੰ ਸਿਰਫ ਆਪਣੀ ਰੋਟੀ ਚੱਜਦੀ ਜਾਂ ਸ਼ਾਂਤੀ ਵਾਲੀ ਮਿਲਣੀ ਚਾਹੀਦੀ ਹੈ ਇਦੋਂ ਵੱਧ ਆਪਣਾ ਰਿਵਿਊ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਬਹੁਤ ਵਧੀਆ ਮੈਸੇਜ ਹੈ ਫਿਲਮਾਂ ਦੇਖ ਕੇ ਫੈਮਿਲੀ ਡਰਾਮਾ
ਔਰ ਮੈਨੂੰ ਲੱਗਦੀ ਹੈ ਵੀ ਦੇਖੋ ਆਪਣਾ ਕੋਈ ਨਾ ਕੋਈ ਭੈਣ ਭਰਾ ਚਾਚਾ ਤਾਇਆ ਰਿਸ਼ਤੇਦਾਰ ਹੁੰਦਾ ਅਤੇ ਸਾਰਿਆਂ ਨੂੰ ਇਹ ਦੇਖਣੀ ਚਾਹੀਦਾ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਮੇਰੇ ਪੈਸਿਆਂ ਕਰਕੇ ਜਾਂ ਇਹਦੇ ਵੀ ਇਹ ਕੋਈ ਰਿਸ਼ਤਾ ਸਾਡੀ ਫਿੱਕ ਪੈਂਦੀ ਹੈ ਤਾਂ ਉਹਨੂੰ ਜ਼ਰੂਰ ਕਹੋ ਵੀ ਭਾਈ ਫਿਲਮ ਦੇਖ ਆ ਇੱਕ ਵਾਰ ਜ਼ਰੂਰ ਦੇਖ ਆ ਚਾਹੇ ਟਿਕਟ ਆਫ ਕਰਾ ਦਿਉ ਉਹਦਾ ਮਾਇੰਡ ਚੇਂਜ ਹੋ ਜੂਗਾ ਹੈ ਨਾ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਜਿਹੜੇ ਪੈਸਾ ਨਾ ਪੈਸਾ ਸਾਰਾ ਕੁਛ ਨਹੀਂ ਹੁੰਦਾ ਠੀਕ ਹੈ ਜਦੋਂ ਸਾਰੇ ਹੱਥ ਖੜੇ ਫਿਰ ਰਿਸ਼ਤੇ ਹੀ ਕੰਮ ਆਉਂਦੇ ਨੇ ਹੈ ਨਾ ਇਹ ਸ਼ਾਇਦ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹਦੇ ਵਿੱਚ ਸਿੱਖਣ ਵਾਲੀ ਸੋ ਚੱਲਦੇ ਚੱਲਦੇ ਲਾਸਟ ਗੱਲ ਕਰਦੇ ਜੀ ਐਂਡ ਦੇ ਉੱਤੇ ਵਾਹ ਵਾਹ ਕਰਾ ਦੇਣੀ ਹੈ ਮਰਹੂਮ ਕਲਾਕਾਰ ਸਾਡੇ ਇੰਨੇ ਮੰਨੇ ਪਰਮੰਨੇ ਬਿੰਦਰਖਿਆ ਸਾਹਿਬ ਉਹਨਾਂ ਦਾ ਗੀਤ ਹਾਂ ਲਾ ਕੇ ਡੂਨੂ ਡੂਨੂ ਅਸੀਂ ਤਾਂ ਬਾਹਰ ਨਿਕਲ ਕੇ ਗੱਲਾਂ ਵੀ ਕਰਨੀਆਂ ਸੀ ਨਹੀਂ ਤਾਂ ਅਸੀਂ ਤਾਂ ਉੱਥੇ ਨੱਚਦੇ ਖੜ ਕੇ ਬਟ ਬਹੁਤ ਸੋਹਣਾ ਲੱਗਿਆ ਉਹ ਬਹੁਤ ਭਵਿਆ ਸਰ ਪੁਰਾਣੀਆਂ ਯਾਦਾਂ ਆ ਗਈਆਂ ਹੋਣੀਆਂ ਯਾਰਾਂ ਦੋਸਤਾਂ ਦੇ ਵਿਆਹਾਂ ਦੀਆਂ ਸੋ ਇਹ ਵੀ ਤੁਸੀਂ ਇੰਜੋਏ ਕਰਨ ਵਾਲੇ ਹੋ ਸੋ ਆਓ 23rd ਨੂੰ ਦੇਖੋ ਮੈਂ ਇਹ ਫਿਲਮ ਤੁਸੀਂ ਸਿੱਖਿਆ ਠੀਕ ਹੈ ਥੈਂਕ ਯੂ ਜੀ ਜੇ ਪੈਸਾ ਬੋਲਦਾ ਹੁੰਦਾ ਦੇ ਪ੍ਰੀਮੀਅਰ ਦੇ ਉੱਤੇ ਹੈਗੇ ਆ ਸੁਖਿੰਦਰ ਰਾਜ ਭਾਜੀ ਮੇਰੇ ਨਾਲ ਨੇ ਜਿਵੇਂ ਕਿ ਮੈਂ ਕਿਹਾ ਸੀ ਤੁਸੀਂ ਦਿਨ ਬ ਦਿਨ ਸਮਾਰਟ ਹੁੰਦੇ ਜਾ ਰਹੇ ਹੋ ਸੋ ਅੱਜ ਵੀ ਸਮਾਰਟ ਲੱਗ ਰਹੇ ਹੋ ਥੈਂਕ ਯੂ ਸਰ ਥੈਂਕ ਯੂ ਬਸ ਮਿਹਰਬਾਨੀ ਆ ਤੁਸੀਂ ਸਾਨੂੰ ਸਮਾਰਟ ਬਣਾਉਣੇ ਹੋ ਸਾਨੂੰ ਆਹ ਚੀਜ਼ਾਂ ਸਾਨੂੰ ਲਾਈਮਲਾਈਟ 'ਚ ਲਿਆ ਕੇ ਅਤੇ ਸਾਨੂੰ ਹੌਸਲਾ ਮਿਲਦਾ ਰਹਿੰਦਾ ਸੋ ਫਿਲਮ ਦੇ ਵਿੱਚ ਤਾਂ ਇਹ ਨਜ਼ਰ ਆ ਰਿਹਾ ਨਾ ਇਹਨਾਂ ਦੇ ਭਰਾ ਨੂੰ ਅਸਲ 'ਚ ਬਹੁਤ ਸਾਰਾ ਪੈਸਾ ਮਿਲ ਗਿਆ ਬੋਰੇ ਭਰ ਭਰ ਪੈਸਾ ਹੈਗਾ ਹੈ ਨਾ ਅਤੇ ਹੁਣ ਉਹ ਪੈਸੇ ਦੇ ਪਿੱਛੇ ਦੀ ਕਹਾਣੀ ਕੀ ਆ ਉਹ ਤੁਸੀਂ ਦੇਖਣ ਦੇ ਲਈ ਸਿਨੇਮਾ ਘਰਾਂ 'ਚ ਆਉਣਾ ਪਰ ਥੋੜ੍ਹੀਆਂ ਬਹੁਤੀਆਂ ਗੱਲਾਂ ਜਿਹੜੀਆਂ ਫਿਲਮ ਬਾਰੇ ਕਰ ਲੈਂਦੇ ਹਾਂ ਸੋ ਕਹਿੰਦੇ ਜੀ ਕਿਰਦਾਰ ਇੱਦਾਂ ਦਾ ਨਿਭਾਓ ਜਿਹੜਾ ਦਿਲ 'ਤੇ ਦਿਮਾਗ 'ਤੇ ਛਾਪ ਛੱਡ ਜੇ ਤੁਹਾਡਾ ਅੱਜ ਮੈਂ ਕਿਰਦਾਰ ਦੇਖਿਆ ਥੋੜ੍ਹਾ ਜਿਹਾ ਗ੍ਰੇ ਸ਼ੇਡ ਸੀਗਾ ਪਰ ਵਿੱਚ ਜੀ ਉਹ ਨਫ਼ਰਤ ਹੀ ਫੀਲ ਕਰਾਉਣ ਲੱਗ ਜਾਂਦਾ ਵੀ ਯਾਰ ਇੱਦਾਂ ਦਾ ਬੰਦਾ ਨਹੀਂ ਹੋਣਾ ਚਾਹੀਦਾ ਹਾਂਜੀ ਤੁਸੀਂ ਇੰਨੀਆਂ ਸਾਰੀਆਂ ਤਕਰੀਬਨ ਮੇਰੀਆਂ ਫਿਲਮਾਂ ਦੇਖਦੇ ਹੋਵੋਗੇ ਗ੍ਰੇ ਸ਼ੇਡ ਦੇ ਤਕਰੀਬਨ ਮੈਨੂੰ ਕਿਰਦਾਰ ਮਿਲਦਾ ਪਰ ਆਪਣੇ ਨੂੰ ਕੋਸ਼ਿਸ਼ ਕਰੀ ਦੀ ਹੈ ਵਧੀਆ ਨਿਭਾਉਣ ਦੀ ਸੋ ਬਾਕੀ ਸਾਡੇ ਜਿੰਨੇ ਚਿਰ ਉੱਪਰ ਸਾਡੇ ਕੈਪਟਨ ਸ਼ਿਪ ਬੈਠੇ ਹੁੰਦੇ ਆ ਜਿੰਨੇ ਚਿਰ ਉਹ ਯੈਸ ਨਹੀਂ ਕਹਿੰਦੇ ਸਾਡੇ ਕਿਸੇ ਵੀ ਆਪਣੇ ਸੀਨ ਨੂੰ ਉਹਨਾਂ ਚਿਰ ਅਸੀਂ ਵੀ ਕੁਛ ਵੀ ਨਹੀਂ ਕਰ ਸਕਦੇ ਹੁੰਦੇ ਸੋ ਵਧੀਆ ਲੱਗਦਾ ਆਪਣੇ ਆਪ ਨੂੰ ਇੱਦਾਂ ਦੇਖ ਕੇ ਪਰ ਮੈਨੂੰ ਮੈਂ ਐਕਸਪੈਰੀਮੈਂਟ ਕਰਦਾ ਰਹਾਂ ਕਿਸੇ ਵੀ ਤਰ੍ਹਾਂ ਦਾ ਇਹਦੇ ਵਿੱਚ ਐਂਡ ਦੇ ਇਮੋਸ਼ਨਲ ਵੀ ਹੋਏ ਸੋ ਉਹ ਚੀਜ਼ਾਂ ਪੋਜ਼ਿਟਿਵ ਵੀ ਦਿਸੇ ਸੋ ਵਧੀਆ ਲੱਗਦਾ ਡਾਇਰੈਕਟਰ ਦੀ ਕਾਲ ਹੁੰਦੀ ਹੈ ਹਨਾ ਬਿਲਕੁਲ ਕਦੀ ਡਾਇਰੈਕਟਰਸ ਨੂੰ ਕਿਹਾ ਨਹੀਂ ਕਿ ਦੇਖੋ ਯਾਰ ਕਿਊਟ ਫੇਸ ਹੈ ਕਦੀ ਇੱਦਾਂ ਦਾ ਵੀ ਸੋਚੋ ਵੀ ਰੋਮਾਂਟਿਕ ਰੋਮਾਂਟਿਕ ਸਾਈਡ ਪਾਓ ਮੈਨੂੰ ਨਹੀਂ ਨਹੀਂ ਜੀ ਰੋਮਾਂਟਿਕ ਉਹ ਤਾਂ ਜੀ ਦੇਖੋ ਜੀ ਕਦੇ ਨਾ ਕਦੇ ਮੈਨੂੰ ਕੋਈ ਹੈ ਨਹੀਂ ਮੈਂ ਐਜ਼ ਐਨ ਐਕਟਰ ਕੰਮ ਕਰਨ ਜਦੋਂ ਸ਼ੁਰੂ ਤੋਂ ਆਇਆ ਸੀਗਾ ਜੇ ਕਿਸੇ ਨੇ ਆਹ ਦੇ ਤਾ ਤਾਂ ਕਦੇ ਉਹ ਵੀ ਕੋਈ ਸੋਚ ਲਊਗਾ ਆਪਣੇ ਆਪ ਹੀ ਹੋ ਜਾਣਾ ਜੀ ਉਹ ਤਾਂ ਅਤੇ ਬਾਕੀ ਮੇਰਾ ਹੁੰਦਾ ਜੀ ਕੋਈ ਵੀ ਕਿਰਦਾਰ ਹੋਵੇ ਮੈਨੂੰ ਮੈਂ ਚੂਜ਼ ਕਰਨ ਵੇਲੇ ਵੀ ਮੈਨੂੰ ਕਿਰਦਾਰ ਵਧੀਆ ਹੋਵੇ ਉਹਦੀ ਮਤਲਬ ਇੱਕ ਆਇਡੈਂਟੀ ਹੋਵੇ ਉਹ ਰੋਮੈਂਟਿਕ ਆ ਜਾਂ ਵਿਲਨ ਆ ਜਾਂ ਕੋਮੇਡੀ ਆ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਔਰ ਮੈਂ ਹਰ ਤਰ੍ਹਾਂ ਦਾ ਐਕਟ ਕਰ ਸਕਦਾ ਬਹੁਤ ਇੰਡਸਟਰੀ ਦੇ ਵਿੱਚ ਸਾਡੀ ਜੇ ਹੁੰਦਾ ਕੀ ਆ ਕਿਸੇ ਬੰਦੇ ਦਾ ਚਿਹਰਾ ਰਫ ਹੈ ਅਤੇ ਉਹਨੂੰ ਮੰਨ ਲੈਂਦੇ ਆ ਕਿ ਇਹ ਵਿਲਨ ਹੀ ਕਰ ਸਕਦਾ ਸੋ ਮੈਂ ਤੁਹਾਡੇ ਕੈਮਰੇ ਸਾਹਮਣੇ ਕਹਿ ਦਿੰਦਾ ਮੈਂ ਚੰਡੀਗੜ੍ਹ ਵਾਲੇ ਇੱਕ ਵੈਬ ਸੀਰੀਜ਼ ਕੀਤੀ ਸੀ ਮੈਂ ਉਹ ਰਾਜਧਾਰੀ ਵਾਲ ਨੇ ਉਹ ਮੈਂ ਬਿਲਕੁਲ ਟੋਟਲੀ ਕੋਮੇਡੀ ਫਿਲਮ ਸੀ ਉਹ ਲੋਕਾਂ ਨੇ ਘੱਟ ਵੇਖੀ ਹੋਣੀ ਹੈ ਸੋ ਮੈਂ ਹਰ ਤਰ੍ਹਾਂ ਦਾ ਕਿਰਦਾਰ ਕਰ ਸਕਦਾ ਇੰਨਾ ਕੌਨਫੀਡੈਂਸ ਹੈ ਮੈਨੂੰ ਸੋ ਕਹਿਣ ਦਾ ਮਤਲਬ ਹੈ ਵੀ ਆਡੀਅੰਸ ਤੋਂ ਵੱਧ ਤੁਸੀਂ ਡਾਇਰੈਕਟਰ ਸਾਹਿਬ ਨੂੰ ਕਹਿਣਾ ਚਾਹੁੰਦੇ ਹੋ ਵੀ ਹੁਣ ਮੈਨੂੰ ਨਾਲ ਨਾਲ ਵੀ ਮਤਲਬ ਮੈਂ ਹਰ ਤਰ੍ਹਾਂ ਦਾ ਕਿਰਦਾਰ ਕਰ ਸਕਦਾ ਔਰ ਮੈਨੂੰ ਉੱਦਾਂ ਦੀ ਐਕਟ ਕਰਨ ਦਾ ਜਿਹੜਾ ਮੌਕਾ ਵੀ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਹਾਡੀ ਇੱਕ ਅੱਖ ਬਣ ਜਾਂਦੀ ਹੈ ਡਾਇਰੈਕਟਰ ਔਰ ਪ੍ਰੋਡਿਊਸਰ ਦੀ ਤੁਹਾਨੂੰ ਦੇਖਣ ਦੀ ਯਾਰ ਇਹ ਇਸ ਕਿਰਦਾਰ ਦੇ ਵਿੱਚ ਪਰਫੈਕਟ ਹੈ ਉਹ ਤਾਂ ਕਰ ਹੀ ਰਹੇ ਹੈ ਅੱਛਾ ਤੁਹਾਨੂੰ ਕਦੀ ਇਹ ਕੰਪਲੀਮੈਂਟ ਮਿਲਿਆ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਬੀਨੂ ਢਿੱਲੋਂ ਭਾਜੀ ਨਾਲ ਮਿਲਦੀ ਹੈ ਬਹੁਤ ਵਾਰੀ ਜੀ ਬਹੁਤ ਵਾਰੀ ਕੱਲ੍ਹ ਕੇ ਪਰਸੋਂ ਇੰਟਰਵਿਊ ਕਰ ਰਹੇ ਸੀ ਉਹਦੇ ਵੀ ਮੈਨੂੰ ਇਹ ਸਵਾਲ ਕੀਤਾ ਗਿਆ ਸੀਗਾ ਕਈ ਤਾਂ ਨੀਰੂ ਮੈਮ ਨਾਲ ਮੈਂ ਇੱਕ ਫਿਲਮ ਦੀ ਸ਼ੂਟ ਕਰ ਰਹੇ ਬੂਹੇ ਬਾਰੀਆਂ ਦੇ ਨੀਰੂ ਮੈਮ ਨੇ ਵੀ ਕਿਹਾ ਸੀ
ਸੋ ਉਹ ਗੋਡ ਗਿਫਟਡ ਹੁੰਦਾ ਜੀ, ਕਹਿੰਦੇ ਹੁੰਦੇ ਇੱਕ ਸ਼ਕਲ ਦੇ 7 ਬੰਦੇ ਹੁੰਦੇ ਆ ਤਾਂ ਇਧਰ ਇੱਕ ਆਵਾਜ਼ ਵੀ ਮਿਲ ਰਹੀ ਹੈ ਜੀ ਜੀ। ਸੋ ਹੁਣ ਮੈਂ ਲਾਸਟ ਇੱਕ ਫਿਲਮ ਬਾਰੇ ਗੱਲ ਪੁੱਛਣਾ ਚਾਹਾਂਗਾ, ਬਹੁਤ ਸਾਰੇ ਲੋਕ ਤੁਹਾਡੇ ਨਾਲ ਗੱਲ ਕਰਨ ਲਈ ਵੇਟ ਕਰ ਰਹੇ ਨੇ। ਫਿਲਮ ਹਰ ਤਰ੍ਹਾਂ ਦੇ ਐਲੀਮੈਂਟ ਨੂੰ ਲੈ ਕੇ ਆਉਂਦੀ ਹੈ, ਜਿੱਥੇ ਇੱਕ ਇਨੋਸੈਂਸ ਦਿਖਦੀ ਹੈ, ਕਾਮੇਡੀ ਵੀ ਹੈਗੀ ਹੈ। ਸੋ ਇਹ ਵੀ ਦਿਖਦਾ ਹੈ ਕਿ ਲੋਕ ਧੋਖੇਬਾਜ਼ ਕਿਵੇਂ ਹੋ ਜਾਂਦੇ ਨੇ, ਔਰ ਇਹ ਵੀ ਦਿਖਦਾ ਹੈ ਕਿ ਇਮਾਨਦਾਰੀ ਦੀ ਕੀ ਤਾਕਤ ਹੁੰਦੀ ਹੈ, ਔਰ ਇਮਾਨਦਾਰੀ ਸਕੂਨ ਕੀ ਦੇ ਕੇ ਜਾਂਦੀ ਹੈ, ਜਾਂ ਉਹਦੇ ਨਾਲ ਮਜ਼ਬੂਤੀ ਕੀ ਮਿਲਦੀ ਹੈ। ਸੋ ਤੁਹਾਡੇ ਸ਼ਬਦਾਂ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਦੱਸਣਾ ਚਾਹੋਗੇ ਕਿ ਉਹ ਫਿਲਮ ਦੇਖਣ ਆਉਣਗੇ ਤਾਂ ਉਹ ਕੀ ਕੁਛ ਝੋਲੀ ਲੈ ਕੇ ਜਾਣਗੇ? ਦੇਖੋ ਜੀ, ਸਾਡੀ ਫਿਲਮ ਦੀ ਜਿਹੜੀ ਖੂਬਸੂਰਤ ਪੱਖ ਹੈ ਜਾਂ ਗੱਲ ਹੈ, ਉਹ ਇਹ ਹੈ ਕਿ ਸਾਡੀ ਫਿਲਮ ਦੇ ਵਿੱਚ ਅਸੀਂ ਕੋਈ, ਸਾਡੇ ਡਾਇਰੈਕਟਰ ਨੇ, ਸਾਡੇ ਐਕਟਰਸ ਨੇ, ਅਸੀਂ ਐਫਰਟ ਨਹੀਂ ਕੀਤਾ। ਕਿਉਂਕਿ ਜਿਵੇਂ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਕਹਿ ਕੇ ਕਿ ਹਰ ਇੱਕ ਡਾਇਰੈਕਟਰ ਦਾ, ਰਾਈਟਰ ਦਾ, ਪ੍ਰੋਡਿਊਸਰ ਦਾ ਇੱਕ ਜ਼ੋਨ ਹੁੰਦਾ, ਉਹ ਜੇ ਕੋਮੇਡੀ ਕਰਨੀ ਆ ਤਾਂ ਕਈ ਵਾਰੀ ਉਹਨਾਂ ਨੂੰ ਇੱਕ ਉਹਨਾਂ ਦਾ ਤਰੀਕਾ ਹੁੰਦਾ, ਓਵਰ ਕੋਮੇਡੀ ਵੀ ਕਰਨੀ ਪੈਂਦੀ ਹੈ, ਠੀਕ ਹੈ। ਐਕਸ਼ਨ ਦਿਖਾਉਣਾ ਤਾਂ ਤੁਹਾਨੂੰ ਉਹ ਬੈਲਟਾਂ ਬਣ ਕੇ, ਕੇਬਲਾਂ ਪਾ ਕੇ ਐਂ ਵੀ ਉੱਡ ਜਾਂਦੇ, ਹਾਲਾਂਕਿ ਫਿਲਮਾਂ ਦੇ ਵਿੱਚ ਆਮ ਲਾਈਫ 'ਚ ਤਾਂ ਇਹ ਚੀਜ਼ਾਂ ਹੁੰਦੀਆਂ ਨਹੀਂ ਜੀ, ਤਾਂ ਉਹ ਦਰਸ਼ਕਾਂ ਦੇ ਇੰਟਰਟੇਨਮੈਂਟ ਲਈ ਇਹ ਚੀਜ਼ਾਂ ਕੀਤੀਆਂ ਜਾਂਦੀਆਂ। ਉਹ ਬਾਕੀ ਉਹ ਆਪਣੇ ਆਪ ਨਾਲ ਜ਼ੋਨ ਹੈ, ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ। ਪਰ ਇਸ ਫਿਲਮ ਦੇ ਵਿੱਚ ਸਧਾਰਨ ਰੱਖਿਆ ਗਿਆ, ਹਾਂ ਸਾਡੀ ਫਿਲਮ ਦੇ ਵਿੱਚ ਅਸੀਂ ਦਰਸ਼ਕਾਂ ਨੂੰ ਦਿਖਾਉਣ ਲਈ ਕੁਛ ਐਕਸਟਰਾ ਨਹੀਂ ਕੀਤਾ ਕਿ ਅਸੀਂ ਐਕਸਟਰਾ ਕਰਾਂਗੇ, ਦਰਸ਼ਕਾਂ ਨੂੰ ਫਿਲਮ ਸਾਡੀ ਤਾਂ ਹੀ ਪਸੰਦ ਆਵੇ। ਸਾਡੀ ਫਿਲਮ ਅਸੀਂ ਬੜੀ ਸਿੰਪਲ ਰੱਖੀ ਹੈ, ਸਿੰਪਲੀਸਿਟੀ ਦੀ ਫਿਲਮ ਆ, ਜਿਵੇਂ ਇੱਕ ਲਾਈਵ ਕੁਛ ਕੋਈ ਸ਼ੋਅ ਚੱਲ ਰਿਹਾ ਹੁੰਦਾ, ਜਿਵੇਂ ਲਾਈਵ ਤੁਸੀਂ ਕੈਮਰਾ ਲੈ ਕੇ ਕੋਈ ਚੀਜ਼ ਕਿਸੇ ਨੂੰ ਸ਼ੂਟ ਜ਼ਿੰਦਗੀ ਦੇਖ ਰਹੇ ਹੁੰਦੇ, ਹਾਂ ਸ਼ੂਟ ਕਰ ਰਿਹਾ ਹੁੰਦਾ, ਅਤੇ ਸਾਡੇ ਡਾਇਰੈਕਟਰ ਸਾਹਿਬ ਨੇ ਫਿਲਮ ਨੂੰ ਇੱਦਾਂ ਹੀ ਰੱਖਿਆ, ਬੜੀ ਲਾਈਵਲੀ ਫਿਲਮ ਹੈ, ਬੜੀ ਰੀਅਲਿਸਟਿਕ ਫਿਲਮ ਹੈ, ਜਿਹਨੂੰ ਆਪਾਂ ਕਹਿੰਦੇ ਰੀਅਲ ਸਿਨੇਮਾ। ਤੋ ਇਹ ਸਾਡੀ ਫਿਲਮ ਉੱਥੇ ਖੜਦੀ ਆ ਕੇ ਕਿ ਜੇ ਕੋਈ ਫਿਲਮ ਦੇਖੂਗਾ, ਪਸੰਦ ਆਉਣਾ ਨਾ ਪਸੰਦ ਆਉਣਾ, ਉਹ ਹਰ ਦਰਸ਼ਕ ਦਾ ਆਪਣਾ ਆਪਣਾ ਉਹ ਹੈ, ਵਿਊ ਹੈ, ਆਪਣੇ ਆਪ ਨੂੰ ਹਾਂ ਉਹ ਰਿਲੇਟ ਕਰੂਗਾ ਕਿ ਇਹ ਕਹਾਣੀ ਯਾਰ ਇੱਦਾਂ ਦੀ, ਹਾਂ ਬਿਲਕੁਲ, ਤਾਂ ਇੱਦਾਂ ਦੇ ਬੰਦੇ ਸਾਡੀ ਆਮ ਲਾਈਫ ਦੇ ਵਿੱਚ ਵਿਚਰਦੇ ਆ। ਸੋ ਸਾਡੀ ਫਿਲਮ ਬੜੀ ਰੀਅਲ ਫਿਲਮ ਹੈ। ਸੁਖਵਿੰਦਰ ਰਾਜ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਵਿਸ਼ ਯੂ ਆਲ ਦੀ ਬੈਸਟ, ਔਰ ਇਸੇ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਪ੍ਰੋਜੈਕਟਸ ਹੈ ਉਹਨਾਂ ਨੂੰ ਜਿਹੜੀ ਸਾਡੀ ਪੰਜਾਬ ਦੀ ਆਵਾਮ ਹੈ ਉਹ ਕਬੂਲ ਕਰਦੀ ਰਹੇ। ਥੈਂਕ ਯੂ ਸਰ, ਥੈਂਕ ਯੂ। ਭਾਜੀ ਕੀ ਕਹੋਗੇ ਜੇ ਪੈਸਾ ਬੋਲਦਾ ਹੁੰਦਾ ਬਾਰੇ? ਬਾਈ ਜੀ, ਜੇ ਪੈਸਾ ਬੋਲਦਾ ਹੁੰਦਾ, ਪੈਸਾ ਕੁਛ ਨਹੀਂ ਹੈਗਾ ਰਿਸ਼ਤੇ ਨਾਤਿਆਂ ਦੇ ਅੱਗੇ, ਬਸ ਇਹੀ ਕਹਿਣਾ ਚਾਹੁੰਦਾ ਕਿ ਪਰਿਵਾਰ ਰਿਸ਼ਤੇ ਬਹੁਤ ਵੱਡੇ ਨੇਗੇ, ਪੈਸਾ ਇੱਥੇ ਰਹਿ ਜਾਣਾ ਬਸ, ਯਾਦਾਂ ਹੀ ਆ। ਹਰਦੀਪ ਗਰੇਵਾਲ ਅਤੇ ਇਹਾਨਾ ਢਿੱਲੋਂ ਦੀ ਜੋੜੀ ਕਿਵੇਂ ਦੀ ਲੱਗੀ? ਬਹੁਤ ਸੋਹਣੀ ਜੋੜੀ ਲੱਗੀ ਬਾਈ ਜੀ, ਬਹੁਤ ਨੈਚੁਰਲ ਐਕਟਿੰਗ ਲੱਗੀ, ਐਂ ਨਹੀਂ ਹੈਗਾ ਕੋਈ ਓਵਰ ਜਾ ਰਿਹਾ ਕੁਛ ਵੀ, ਬਹੁਤ ਨੈਚੁਰਲ ਅਤੇ ਸਮੂਥ ਐਕਟਿੰਗ ਆ, ਅਤੇ ਇਹੀ ਚਾਹੀਦਾ ਸਾਨੂੰ ਸਿਨੇਮਾ ਦੀ, ਪੰਜਾਬੀ ਸਿਨੇਮਾ ਨੂੰ ਇਹੀ ਅੱਗੇ ਲਿਜਾ ਸਕਦਾ। ਭਾਅ ਜੀ ਕੀ ਕਹੋਗੇ ਜੇ ਪੈਸਾ ਬੋਲਦਾ ਹੁੰਦਾ? ਪੈਸਾ ਬੋਲਦਾ ਹੁੰਦਾ ਜੀ, ਇਹਦੇ ਵਿੱਚ ਦੱਸਿਆ ਵੀ ਸਭ ਕੁਛ ਪੈਸਾ ਨਹੀਂ ਹੈਗਾ, ਵੀ ਪੈਸੇ ਨੂੰ ਆਪਾਂ ਸਭ ਕੁਛ ਨਹੀਂ ਕਹਿ ਸਕਦੇ ਹੈਗੇ। ਵਧੀਆ ਲੱਗੀ ਵੀਰ, ਬਹੁਤ ਵਧੀਆ। ਐਂਟਰਟੇਨਿੰਗ ਹੈ, ਐਂਟਰਟੇਨ ਵੀ ਹੈ, ਇਮੋਸ਼ਨਲ ਵੀ ਹੈ, ਅਤੇ ਕੋਮੇਡੀ ਵੀ ਹੈ, ਅਤੇ ਮਤਲਬ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਪੈਸੇ ਦੇ ਰਿਲੇਟਡ ਮੂਵੀ ਮਤਲਬ ਦੇਖਣੀ ਚਾਹੀਦੀ, ਮਤਲਬ ਪੈਸਾ ਮੇਨ ਵਸੂਲ ਨਹੀਂ, ਨਹੀਂ ਪੈਸਾ ਵਸੂਲ ਤਾਂ ਹੈਗੀ ਹੈ, ਪਰ ਕਹਿਣ ਦਾ ਮਤਲਬ ਇਹ ਕਿ ਇਮਾਨਦਾਰੀ ਜ਼ਿਆਦਾ ਦਿਖਾਈ ਗਈ ਮੂਵੀ 'ਚ। ਕਿਆ ਬਾਤ ਹੈ। ਹਾਂ ਅੱਛਾ, ਹਰਦੀਪ ਗਰੇਵਾਲ ਦੀ ਐਕਟਿੰਗ ਕਿਵੇਂ ਦੀ ਲੱਗੀ? ਉਹਨਾਂ ਵੱਖਰੀਆਂ ਫਿਲਮਾਂ ਕਰਦੇ ਨੇ, ਵੱਖਰੀ ਤਰ੍ਹਾਂ ਦੀ। ਮੈਂ ਤਾਂ ਫਸਟ ਟਾਈਮ ਦੇਖੀ ਹਰਦੀਪ ਭਾਈ ਦੀ ਮੂਵੀ, ਪਰ ਮੈਨੂੰ ਉਮੀਦ ਨਹੀਂ ਸੀ, ਪਰ ਅਸੀਂ ਤਾਂ ਭਾਈ ਜੀ ਉਹਨਾਂ ਦੇ ਨਾਲ ਨਾ ਪ੍ਰਮੋਸ਼ਨ ਕਰਾਉਂਦੇ ਫਿਰਦੇ ਹਾਂ ਨਾਲੇ, ਅਤੇ ਉਹ ਐਕਟਿੰਗ ਮੇਰੇ 'ਚੋਂ ਤੋਂ ਸ਼ੁਰੂ ਤੋਂ ਇੱਦਾਂ ਦੀ ਹੀ ਹੈ, ਅਤੇ ਅੱਜ ਦੇਖ ਵੀ ਲਈ ਹੈ, ਅਤੇ 5 ਚੋਂ 5 ਵੀ ਦੇਵਾਂਗੇ ਆਪਾਂ, ਰੇਟਿੰਗ ਦੇਖਣੀ ਚਾਹੀਦੀ ਸਾਰਿਆਂ ਨੂੰ। ਭਾਈ ਜੀ, ਹਾਸੇ ਵਾਲਾ ਮਾਹੌਲ ਸੀ, ਗਮਗੀਨ ਸੀਗਾ, ਕੀ ਸੀ ਪੈਸਾ ਵਸੂਲ ਹੋਇਆ? ਵੀਰੇ ਬਹੁਤ ਵਧੀਆ ਮੂਵੀ ਆ, ਇੰਨੀ ਵਧੀਆ ਮਤਲਬ ਇੰਨੀ ਮੋਟੀਵੇਟ ਆ, ਬਹੁਤ ਵਧੀਆ। ਹਰਦੀਪ ਗਰੇਵਾਲ ਬਾਰੇ ਕੀ ਕਹੋ? ਵੈਰੀ ਨਾਈਸ, ਵੈਰੀ। ਕਿਵੇਂ ਦੀ ਪੈਸੇ ਵਸੂਲ ਫਿਲਮ? ਕੀ ਕਹੋਗੇ ਸਰ? ਬਹੁਤ ਵਧੀਆ ਵੀਰੇ। ਹਾਂਜੀ, ਕਿਵੇਂ ਦੀ ਲੱਗੀ? ਵੈਰੀ ਗੁੱਡ। ਕੀ ਸਿੱਖ ਕੇ ਆਏ, ਕੁਝ ਸਿਖਾਇਆ, ਐਂਟਰਟੇਨ ਕੀਤਾ, ਕੀ ਕਹੋ? ਹਾਂਜੀ। ਸੋ ਕੀ ਹਰਦੀਪ ਗਰੇਵਾਲ ਦੀ ਐਕਟਿੰਗ ਕਿਵੇਂ ਦੀ ਲੱਗੀ? ਬਹੁਤ ਵਧੀਆ। ਕੀ ਕਹੋਗੇ ਫਿਲਮ ਬਾਰੇ?
ਮੂਵੀ ਬਹੁਤ ਅੱਛੀ ਸੀਗੀ, ਚੰਗੇ ਮੈਸੇਜ ਸੀਗੇ। ਪੈਸਾ ਆਪਣੀ ਜਗ੍ਹਾ, ਰਿਸ਼ਤੇ ਆਪਣੀ ਜਗ੍ਹਾ। ਤੁਸੀਂ ਦਿਖਾ ਵੀ ਪੈਸੇ ਰਿਸ਼ਤਿਆਂ ਤੋਂ ਉੱਪਰ ਨਹੀਂ ਹੁੰਦੇ, ਰਿਸ਼ਤੇ ਹੀ ਰਿਸ਼ਤੇ ਲਾਜ਼ਮੀ। ਹਰਦੀਪ ਗਰੇਵਾਲ ਨਾ ਹਮੇਸ਼ਾ ਹੀ ਵੱਖਰੇ ਸਬਜੈਕਟਸ ਲੈ ਕੇ ਆਉਂਦੇ ਨੇ, ਉਹਨਾਂ ਦੀ ਐਕਟਿੰਗ ਕਿੱਦਾਂ ਦੀ ਲੱਗੀ? ਪੰਜਾਬੀ ਮੂਵੀਜ਼ ਵਿੱਚ ਨਾ ਸਬਜੈਕਟਸ ਚਾਹੀਦੇ ਨੇ, ਐਵੇਂ ਦੇ ਸਬਜੈਕਟਸ ਆਉਣੇ ਚਾਹੀਦੇ, ਹਾਸੀਆਂ ਖੇਡੀਆਂ ਵਧੀਆ, ਉਹ ਮੂਵੀ ਅੱਛੀਆਂ ਹੁੰਦੀਆਂ। ਇਹ ਐਂਟਰਟੇਨਮੈਂਟ ਦੇ ਨਾਲ ਨਾਲ ਜਿਹੜੇ ਸਬਜੈਕਟ ਨੂੰ ਜਿਹੜਾ ਛੋਇਆ ਗਿਆ, ਅੱਛਾ ਵਧੀਆ ਸਬਜੈਕਟ। ਰਿਹਾਨਾ ਢਿੱਲੋਂ ਨੇ ਪਹਿਲੀ ਵਾਰ ਫਿਲਮ ਪ੍ਰੋਡਿਊਸ ਕੀਤੀ ਔਰ ਸ਼ਾਇਦ ਇੰਨਾ ਦੇਸੀ ਜਾਂ ਕਹਿ ਲਓ ਕਿ ਗਰਾਊਂਡ ਵਾਲਾ ਜਿਹੜਾ ਉਹਨਾਂ ਨੇ ਕਿਰਦਾਰ ਨਿਭਾਇਆ ਉਹ ਪਹਿਲੀ ਵਾਰ ਹੋਇਆ, ਸੋ ਉਹਨਾਂ ਦੀ ਐਕਟਿੰਗ ਕਿੱਦਾਂ ਦੀ ਲੱਗੀ? ਬਹੁਤ ਵਧੀਆ, ਨੋ ਡਾਊਟ ਐਕਟਿੰਗ ਵਾਈਜ਼ ਤਾਂ ਸਾਰੇ ਹੀ ਸੁਪਰਬ ਸੀਗੇ। ਰਿਹਾਨਾ, ਰਾਜ ਧਾਰੀਵਾਲ ਮੈਮ ਸਾਰੇ ਬਹੁਤ ਵਧੀਆ ਸੀਗੇ, ਮੈਸੇਜ ਵੀ ਅੱਛਾ ਸੀਗਾ, ਐਵੇਂ ਦੇ ਮੂਵੀਜ਼ ਹੋਰ ਆਉਣੀਆਂ ਚਾਹੀਦੀਆਂ ਜਿਹੜੇ ਵਿਦ ਮੈਸੇਜ ਹੋਣ, ਸਾਡੀ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਸਟਾਰ ਆ ਗਏ ਨੇ। ਸੋ ਕਿਵੇਂ ਦੀ ਲੱਗੀ ਵੀਰੇ ਫਿਲਮ? ਹਾਂਜੀ, ਫਿਲਮ ਬਹੁਤ ਸੋਹਣੀ ਲੱਗੀ, ਬਹੁਤ ਸੋਹਣੀ ਅਦਾਕਾਰੀ ਸੀਗੀ, ਜਿਵੇਂ ਫਿਲਮ ਤਿਆਰ ਕੀਤੀ ਗਈ, ਪੇਸ਼ ਕੀਤੀ ਗਈ, ਇੱਕ ਫੈਮਿਲੀ ਫਿਲਮ ਵੀ ਸੀਗੀ ਫੁੱਲ ਪ੍ਰੋਪਰ ਪੈਕੇਜ ਵਾਲੀ, ਅਤੇ ਇੱਕ ਮੈਸੇਜ ਵੀ ਦਿੱਤਾ ਫਿਲਮ ਨੇ ਬਹੁਤ ਸੋਹਣਾ, ਭਰਾਵਾਂ ਨੂੰ ਲੈ ਕੇ ਮੈਸੇਜ ਦਿੱਤਾ, ਠੀਕ ਹੈ, ਅਤੇ ਇੱਕ ਮੀਡੀਆ ਦੀ ਪਾਵਰ ਦਾ ਜਿਹੜਾ ਸਭ ਤੋਂ ਵੱਡਾ ਮੈਸੇਜ, ਉਹ ਬਹੁਤ ਘੈਂਟ ਲੱਗਿਆ ਉਹ ਚੀਜ਼। ਅੱਛਾ, ਰਿਹਾਨਾ ਢਿੱਲੋਂ ਨੇ ਫਸਟ ਟਾਈਮ ਪ੍ਰੋਡਿਊਸ ਕੀਤੀ ਹੈ ਫਿਲਮ, ਸੋ ਉਹਨਾਂ ਨੇ ਬਹੁਤ ਹੀ ਜ਼ਿਆਦਾ ਰੂਰਲ ਏਰੀਆ ਦੀ ਇੱਕ ਗਰੀਬ ਪਰਿਵਾਰ ਦੀ ਕਹਾਣੀ ਨੂੰ ਦਿਖਾਇਆ, ਸੋ ਉਹ ਕਿੱਦਾਂ ਦੀ ਲੱਗੀ ਉਹਨਾਂ ਦੀ ਸ਼ੁਰੂਆਤ ਤੁਹਾਨੂੰ ਔਰ ਉਹਨਾਂ ਦੀ ਐਕਟਿੰਗ? ਦੇਖੋ ਜੀ, ਇੱਕ ਤਾਂ ਉਹਨਾਂ ਦੀ ਐਕਟਿੰਗ ਤਾਂ ਦੇਖੋ, ਉਹਨਾਂ ਨੂੰ ਆਪਾਂ ਪੁਰਾਣੀ ਪਹਿਲਾਂ ਫਿਲਮਾਂ ਦੇ ਵਿੱਚ ਦੇਖਿਆ, ਅਤੇ ਹੁਣ ਜੋ ਮੈਮ ਦਾ ਕਮਬੈਕ ਸੀਗਾ ਬੜਾ ਘੈਂਟ ਜਿਹਾ ਲੱਗਿਆ, ਅਤੇ ਸੱਚੀ ਬਹੁਤ ਸੋਹਣਾ ਸੀਗਾ ਮੈਮ ਦੀ ਐਕਟਿੰਗ ਵੀ, ਅਤੇ ਜੋ ਮੈਮ ਨੇ ਸਟੋਰੀ ਚੂਜ਼ ਕੀਤੀ ਉਹ ਵੀ ਬਹੁਤ ਸੋਹਣੀ ਸੀ। ਥੈਂਕ ਯੂ। ਸੋ ਲਓ ਜੀ, ਆਪਾਂ ਫਿਲਮ ਦੇਖ ਲਈਏ, ਜੇ ਪੈਸਾ ਬੋਲਦਾ ਹੁੰਦਾ ਤਾਂ ਤੁਸੀਂ ਪੂਰਾ ਪ੍ਰੀਮੀਅਰ ਵੀ ਇੰਜੋਏ ਕਰ ਲਿਆ ਹੋਣਾ, ਤਾਂ ਜੋ ਫਿਲਮ ਤੋਂ ਅਸੀਂ ਗੱਲ ਸਿੱਖ ਕੇ ਆਏ ਹਾਂ ਇਹ ਪੈਸੇ ਨਾ ਅਸਲ 'ਚ ਮੇਰੇ ਨਹੀਂ ਹੈਗੇ, ਅਤੇ ਜਦੋਂ ਤੁਹਾਡੀ ਚੀਜ਼ ਨਾ ਹੋਵੇ ਨਾ ਕਿਸੇ ਹੋਰ ਨੂੰ, ਕਿਸੇ ਹੋਰ ਨੂੰ ਨਹੀਂ, ਇਹ ਲੱਭ ਲਈਦਾ ਹੁੰਦਾ ਇਹਦਾ ਹੱਕਦਾਰ ਕੌਣ ਹੈ, ਅਤੇ ਮੈਨੂੰ ਲੱਗਦਾ ਮੇਰਾ ਭਰਾ ਹੱਕਦਾਰ ਹੈ। ਲਓ ਜੀ, ਸੋ ਇਹ ਚੀਜ਼ ਇਸ ਫਿਲਮ ਨੇ ਸਿਖਾਈ ਹੈ ਕਿ ਜੇ ਕੋਈ ਚੀਜ਼ ਤੁਹਾਨੂੰ ਬਿਲੋਂਗ ਨਹੀਂ ਕਰਦੀ ਤਾਂ ਉਸਦੇ ਉੱਤੇ ਤੁਸੀਂ ਹੱਕ ਨਹੀਂ ਜਮਾ ਸਕਦੇ, ਲੱਭੋ ਕਿ ਉਹ ਕਿਸ ਦੀ ਹੈ, ਉਸ ਨੂੰ ਪਹਚਾਓ, ਅਤੇ ਉਸ ਹੱਕ ਦੀ ਲੜਾਈ ਦੇ ਵਿੱਚ ਕਈ ਵਾਰ ਚੀਜ਼ਾਂ ਉੱਪਰ ਨੀਚੇ ਵੀ ਹੋ ਜਾਂਦੀਆਂ ਨੇ, ਅਤੇ ਇੱਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਕਈ ਵਾਰ ਬਹੁਤ ਮਜ਼ਾ ਵੀ ਆਉਂਦਾ, ਸੋ ਇੱਦਾਂ ਦਾ ਇੰਜੋਏ ਤੁਸੀਂ ਇਸ ਫਿਲਮ ਦੇ ਵਿੱਚ ਕਰਨ ਵਾਲੇ ਹੋ। ਰਿਸ਼ਤਿਆਂ ਦੀ ਅਹਿਮੀਅਤ ਦੱਸੀ ਗਈ ਹੈ, ਪੈਸਿਆਂ ਤੋਂ ਕਿਸੇ ਹੋਰ ਚੀਜ਼ ਤੋਂ ਪ੍ਰੋਪਰਟੀਜ਼ ਤੋਂ ਸਭ ਤੋਂ ਵੱਧ ਕੇ ਰਿਸ਼ਤਿਆਂ ਦੀ ਅਹਿਮੀਅਤ ਕੀ ਹੈ ਜੋ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ, ਉਸ ਬਾਰੇ ਇਸ ਫਿਲਮ ਦੇ ਵਿੱਚ ਦੱਸਿਆ ਗਿਆ। ਹਰਦੀਪ ਗਰੇਵਾਲ, ਜਿਵੇਂ ਕਿ ਕਿਹਾ ਹੀ ਸੀਗਾ ਕਿ ਬਹੁਤ ਹੀ ਅੱਛੇ ਕਲਾਕਾਰ ਨੇ ਜਿਹੜੇ ਕਿ ਹਮੇਸ਼ਾ ਅੱਛੀਆਂ ਫਿਲਮਾਂ ਦੇ ਉੱਤੇ ਕੰਮ ਕਰਦੇ ਨੇ, ਐਜ਼ ਯੂਜੂਅਲ ਇਸ ਫਿਲਮ ਦੇ ਵਿੱਚ ਬਹੁਤ ਹੀ ਸਧਾਰਨ ਅਤੇ ਸਿੰਪਲ ਜਿਹੇ ਕਿਰਦਾਰ ਦੇ ਵਿੱਚ ਨਜ਼ਰ ਆ ਰਹੇ ਨੇ, ਪਰ ਇਸ ਕਿਰਦਾਰ ਦੇ ਨਾਲ ਤੁਹਾਨੂੰ ਪਿਆਰ ਹੋ ਜਾਏਗਾ। ਰਿਹਾਨਾ ਢਿੱਲੋਂ ਜੋ ਕਿ ਇੱਕ ਬਿਲਕੁਲ ਹੀ ਪੰਜਾਬ ਦੀ ਇੱਕ ਮਾਸੂਮ ਜੀ ਜੱਟੀ ਪਿਆਰੀ ਜੀ ਇੱਕ ਜਿਹੜੀ ਹੈ ਲੜਕੀ ਦੇ ਕਿਰਦਾਰ ਦੇ ਵਿੱਚੋਂ ਨਜ਼ਰ ਆਏ ਨੇ, ਸੋ ਉਹਨਾਂ ਦਾ ਕਿਰਦਾਰ ਦੇਖ ਕੇ ਵੀ ਤੁਸੀਂ ਇੱਕ ਇਨੋਸੈਂਸ ਨੂੰ ਉਹਨਾਂ ਦੇ ਚਿਹਰੇ 'ਤੇ ਫੀਲ ਕਰੋਗੇ, ਔਰ ਮੇਰੇ ਖਿਆਲ ਨਾਲ ਦਿਸ ਇਜ਼ ਦਾ ਬੈਸਟ ਐਕਟ ਜਾਂ ਕੈਰੈਕਟਰ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੇ ਫੇਸ ਨੂੰ ਕੰਪਲੀਮੈਂਟ ਕਰ ਰਿਹਾ ਸੀ। ਇਸ ਤੋਂ ਇਲਾਵਾ ਸੁਖਵਿੰਦਰ ਰਾਜ ਦੀ ਗੱਲ ਕਰ ਲਈ, ਉਹਨਾਂ ਨੇ ਬਹੁਤ ਅੱਛਾ ਕਿਰਦਾਰ ਨਿਭਾਇਆ। ਰਾਜ ਧਾਲੀਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਬਹੁਤ ਸੋਹਣਾ ਕਿਰਦਾਰ ਨਿਭਾਇਆ। ਮਲਕੀਤ ਰੋਣੀ ਦਾ ਕਿਰਦਾਰ ਬਹੁਤ ਅੱਛਾ ਸੀ, ਬਾਕੀ ਦੇ ਐਕਟਰਸ ਨੇ ਬਹੁਤ ਅੱਛਾ ਕੰਮ ਕੀਤਾ। ਸੋ ਸਪੈਸ਼ਲੀ ਮੈਂ ਗੱਲ ਕਰਨਾ ਚਾਹਾਂਗਾ ਇੱਥੇ ਮਿੰਟੂ ਕਾਪਾ ਦੀ। ਮਿੰਟੂ ਕਾਪਾ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਮਤਲਬ ਮੈਗਾ ਸਟਾਰ ਬਣਦੇ ਜਾ ਰਹੇ ਨੇ, ਸਭ ਦੀ ਜ਼ੁਬਾਨ ਦੇ ਉੱਤੇ ਉਹਨਾਂ ਦਾ ਨਾਮ ਹੈ, ਕਿਉਂਕਿ ਉਹ ਜਿਸ ਵੀ ਕਿਰਦਾਰ ਨੂੰ ਪਲੇ ਕਰਦੇ ਨੇ ਸਿਰਾ ਹੀ ਲਾ ਦਿੰਦੇ ਨੇ। ਸੋ ਇਸ ਫਿਲਮ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਸਨੂੰ ਸਪੈਸ਼ਲੀ ਡਿਸਕਸ ਕਰਨਾ ਬਣਦਾ। ਸੋ ਮਿੰਟੂ ਕਾਪਾ ਦੀ ਜਿੱਥੇ ਜਿੱਥੇ ਪ੍ਰੈਜੈਂਸ ਹੈਗੀ ਹੈ ਉਹ ਸੀਨ ਇੰਨਾ ਅਮੇਜ਼ਿੰਗ ਹੈ ਕਿ ਹਮੇਸ਼ਾ ਤੁਹਾਨੂੰ ਯਾਦ ਰਹੇਗਾ। ਅਤੇ ਹੁਣ ਗੱਲ ਕਰਦੇ ਹਾਂ ਮਨਪ੍ਰੀਤ ਬਰਾੜ ਜੀ ਜਿਹੜੇ ਕਿ ਇਸ ਫਿਲਮ ਦੇ ਡਾਇਰੈਕਟਰ ਨੇ, ਉਹਨਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਫਿਲਮ ਨੂੰ ਡਾਇਰੈਕਟ ਕੀਤਾ, ਕਿਤੇ ਵੀ ਫਿਲਮ ਤੁਹਾਨੂੰ ਬੋਰ ਨਹੀਂ ਕਰਦੀ, ਸਾਰੀ ਕਹਾਣੀ ਤੁਹਾਨੂੰ ਆਪਣੇ ਨਾਲ ਬੰਨ੍ਹ ਕੇ ਰੱਖਦੀ ਹੈ। ਸੀਨਸ ਕੀ ਨੇ, ਇਹ ਸਭ ਚੀਜ਼ਾਂ ਕੀ ਨੇ, ਉਹ ਤੁਹਾਡਾ ਦੇਖਣ ਦਾ ਫਿਲਮ ਮਜ਼ਾ ਖਰਾਬ ਹੋਏਗਾ, ਇਸ ਲਈ ਮੈਂ ਨਹੀਂ ਡਿਟੇਲ ਦੇ ਵਿੱਚ ਜਾਊਂਗਾ, ਬਟ ਇੰਨਾ ਜ਼ਰੂਰ ਕਹੂੰਗਾ ਜੇ ਇਸ ਫਿਲਮ ਨੂੰ ਦੇਖਣ ਆਓਗੇ ਨਾ ਮੇਰੇ ਮੁਤਾਬਕ ਇੰਜੋਏ ਜ਼ਰੂਰ ਕਰਨ ਵਾਲੇ ਹੋ। ਸੋ ਇਸ ਤੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਤੇ ਇਸ ਫਿਲਮ ਦੇ ਮਿਊਜ਼ਿਕ ਨੂੰ ਦੇਖਦੇ ਹੋਏ ਅਤੇ ਲਾਸਟ ਵਿੱਚ ਜਿਹੜਾ ਬਿੰਦ ਰੱਖਿਆ ਸਾਹਿਬ ਦਾ ਗੀਤ ਵੱਜਦਾ,
ਲੱਕ ਟੂਨੂ ਟੂਨੂ ਔਰ ਸਭ ਨੂੰ ਦੇਖਦੇ ਹੋਏ ਉਸਨੂੰ ਇੰਜੋਏ ਕਰਦੇ ਹੋਏ ਮੈਂ ਇਸ ਫਿਲਮ ਨੂੰ 4 star out of 5 ਰੇਟ ਕਰਾਂਗਾ। ਸੋ 4 star ਦੀ ਰੇਟਿੰਗ ਅਸੀਂ ਮਾਏ ਪੰਜਾਬੀ ਟੀ ਵੀ ਤੋਂ ਇਸ ਫਿਲਮ ਨੂੰ ਦੇਣ ਲੱਗੇ ਹਾਂ ਅਤੇ ਤੁਸੀਂ 23rd ਨੂੰ ਆ ਕੇ ਸਿਨੇਮਾਘਰਾਂ ਦੇ ਵਿੱਚ ਇਸ ਫਿਲਮ ਨੂੰ ਇੰਜੋਏ ਕਰ ਸਕਦੇ ਹੋ ਅਤੇ ਸਾਨੂੰ ਜਿਹੜੇ ਸਾਡੇ ਫੇਸਬੁੱਕ ਪੇਜ ਦੇ ਉੱਤੇ ਯੂਟਿਊਬ ਪੇਜ ਦੇ ਉੱਤੇ ਸਾਨੂੰ ਇਸ ਪ੍ਰੀਮੀਅਰ ਦੇ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ। ਸੋ ਅਸੀਂ ਕਿਸੇ ਹੋਰ ਪ੍ਰੀਮੀਅਰ ਦੇ ਉੱਤੇ ਫਿਰ ਮੁਲਾਕਾਤ ਕਰਾਂਗੇ। ਤੁਸੀਂ ਬਣੇ ਰਹੋ ਮਾਏ ਪੰਜਾਬੀ ਟੀ ਵੀ ਦੇ ਨਾਲ। ਮੈਂ ਸ਼ੇਖਰ ਰਾਏ ਤੁਹਾਡੇ ਤੋਂ ਲੈਣਾ ਇਜਾਜ਼ਤ। ਟੇਕ ਕੇਅਰ, ਬਾਏ।